ਉਹ ਬਾਲ ਓਏ ਜੰਟੀ ਪਹਿਲਾ ਪਟਾਕਾ ਬਈ ਵਾਲੀ ਆ ਜੰਟੀ ਨੇ ਪਾਦਾ ਵਾਹ ਜੀ ਵਾਹ ਲਓ ਪਹਿਲਾ ਪਟਾਕਾ ਕਹਿੰਦੇ ਬਈ ਵਾਲੇ ਜੰਟੀ ਨੇ ਪਾ ਦਿੱਤਾ ਪਹਿਲਾ ਨੰਬਰ ਜੋੜ ਦਿੱਤਾ ਸਰਵਿਸ ਵੀ ਇਧਰੋਂ ਹੀ ਨਵਾਲ ਚੇਂਜ ਹੋਈ ਹੈ ਫਾਈਨਲ ਮੈਚ ਆ ਬਈ ਯੂਪੀ ਸ਼ਾਸਤਰੀ ਦੀ ਟੀਮ ਤੇ ਦੂਜੇ ਪਾਸੇ ਮਰਦੈੜੀ ਵਾਲੇ ਮੁੰਡੇ ਬਹੁਤ ਤਕੜਾ ਫਾਈਨਲ ਖੇਡਿਆ ਜਾਣਾ ਹੈ ਦੋਨੋਂ ਟੀਮਾਂ ਦੇ ਵਿੱਚ ਵੱਡੇ ਵੱਡੇ ਮੱਲ ਖੇਡ ਰਹੇ ਇਧਰ ਢਾਬਾ ਦੂਜੇ ਪਾਸੇ ਬਈ ਵਾਲੀਆ ਜੌਂਟੀ ਖੇਡ ਦਾ ਨੰਬਰ ਪਹਿਲਾ ਮਰਦੈੜੀ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਇਧਰ ਸ਼ਾਸਤਰੀ ਬਿਲਕੁਲ ਕਰ ਚੁੱਕਿਆ ਹੈ ਨਾਲ ਮੈਂ ਤੱਕਰਿਆ ਵੀ ਖੱਬੇ ਪਾਸੇ ਜਿੰਦਰ ਹੋਣੀ ਔਰ ਨਾਲ ਜਸ਼ਨ ਖੇਡਦਾ ਗੁੱਲੀ ਵਰਗੇ ਸਮਿਤ ਵਰਗੇ ਵਧੀਆ ਖਿਡਾਰੀ ਹੈ ਤੇ ਇੱਧਰ ਯੂਪੀ ਵਾਲੇ ਮੁੰਡਿਆਂ ਦਾ ਤੇ ਕਿਆ ਹੀ ਕਹਿਣੇ ਨੇ ਸਾਰੇ ਦੇ ਸਾਰੇ ਖੇਡ ਵਾਲੀਬਾਲ ਦੇ ਸੁਪਰ ਸਟਾਰ ਨੇ ਤੇ ਪਹਿਲਾ ਪੁਆਇੰਟ ਜੋੜ ਕੇ ਮੁੰਡਿਆਂ ਨੇ ਇਰਾਦੇ ਆਪਣੇ ਸਾਫ਼ ਕਰ ਦਿੱਤੇ ਹੈ ਵੀ ਜਿਹੜਾ ਪਹਿਲਾਂ ਕਰ ਗਿਆ ਬਾਹਰ ਉਹ ਜੇਤੂ ਮੇਲੇ ਦਾ ਅਣਖ ਦਬਾਉਣ ਦੀ ਜਿੱਤਾਂ ਵੀ ਦਾਵਾ ਰਾਜੇ ਖੇਲੇ ਦਾ ਸਰਵਿਸ ਚੇਂਜ 0-1 ਵਧੀਆ ਵਧੀਆ ਰੋਹਿਤ ਆ ਰਿਹਾ ਰਾਣੀ ਪਰ ਇੱਕ ਸਿਰ ਕਰਤੇ ਚਲੇ ਗਏ ਰੋਹਿਤ ਬਾਈ ਅਭੀ ਚਲਾ ਹੀ ਹੈ ਮੈਚ ਬਾਈ ਪਲੇ ਹੀ ਹੋਇਆ ਮੈਚ ਬਾਈ ਮੈਚ ਇਹਦੇ ਪਲੇ ਹੀ ਹੋਇਆ ਵੀਰੇ ਨਾਲ ਹੀ ਬੈਸਟ ਖਿਡਾਰੀਆਂ ਦੇ ਲਈ ਚਾਂਦੀ ਦੀਆਂ ਚੈਨਾਂ ਦਿੱਤੀਆਂ ਜਾਣਗੀਆਂ ਫਾਈਨਲ ਦੇ ਵਿੱਚੋਂ ਕੱਢੇ ਜਾਣਗੇ ਖਿਡਾਰੀ ਪ੍ਰਾਈਜ਼ ਵੀ ਵੱਡੇ ਆ ਵੀਰਾਂ ਦੇ ਵੱਲੋਂ 41,000 21,000 ਔਰ ਨਾਲ 3 ਜਿਹੜੀਆਂ ਚਾਂਦੀ ਦੀਆਂ ਚੈਨਾਂ ਦਿੱਤੀਆਂ ਜਾਣਗੀਆਂ ਬਹੁਤ ਬਹੁਤ ਧੰਨਵਾਦ ਸਾਰੀ ਕਮੇਟੀ ਦਾ ਬਹੁਤ ਬਹੁਤ ਮੁਬਾਰਕਾਂ ਨੇ ਮੇਲਾ ਜਿਹੜਾ ਸਫਲਤਾ ਵੱਲ ਨੂੰ ਵੱਧਦਾ ਤੁਰਿਆ ਜਾ ਰਿਹਾ ਹੈ ਫਾਈਨਲ ਮੈਚ ਆਪਾਂ ਤੱਕ ਰਹੇ ਹਾਂ ਖਰੋਦੀ ਦੀ ਧਰਤੀ ਹੈ ਇਤਿਹਾਸ ਖੇਡ ਵਾਲੀਬਾਲ ਦਾ ਸਿਰਜਿਆ ਜਾ ਰਿਹਾ ਹੈ ਵੰਸ ਜਾਟ ਖੁਰਦੀ ਕੈਨੇਡਾ ਬਹੁਤ ਬਹੁਤ ਸਵਾਗਤ ਹੈ ਜੀ ਅਜੇ ਚੱਲੇ ਆ ਮੈਚ ਮੇਰੇ ਹਿਸਾਬ ਨਾਲ 1-0 ਸਕੋਰ ਆ ਵੀਰੇ ਇੱਕ ਮਰਦੈੜੀ ਦਾ ਨਵਾਬ ਸਕੋਰ ਕਿਹਾ ਬਾਈ 0-1 ਹੈ ਜੀ 0-1 ਜੀ ਹਲੇ ਸ਼ੁਰੂਆਤ ਹੋਈ ਹੈ ਜੱਗਾ ਦਾਨੇ ਨਾਲ ਵਧੀਆ ਯਾਰਾ ਸ਼ੇਅਰ ਜ਼ਰੂਰ ਕਰ ਦੋ ਸਾਰੇ ਭਰਾ 0-1 0-1 ਸਕੋਰ ਹੈ ਜੀ ਛੋਟੂ ਮਾਜਰਾ ਮਰਦੇੜੀ ਸਾਰ ਗਿਆ ਤਾਂ ਜੀ ਸੈਮੀ ਫਾਈਨਲ ਮੈਂ ਬਾਜਵਾ ਯੂਪੀ ਸ਼ਾਸਤਰੀ ਔਰ ਮਰਦੇੜੀ ਕੇ ਵੀ ਚਲੋ ਹੈ ਜੀ ਫਾਈਨਲ ਮੈਚ ਗੁੱਡ ਮਾਰਨਿੰਗ ਬਾਈ ਵੰਸ ਖੁਰਦੀ ਕੈਨੇਡਾ ਸਵਾਗਤ ਹੈ ਭਾਈ ਸਾਹਿਬ
ਤੋਂ ਮਾਜਰਾ ਮਰਦੇੜੀ ਸ਼ਹਿਰ ਗਿਆ ਸੀ ਫਾਈਨਲ ਮੈਂ ਜੀ ਸ਼ੇਅਰ ਕਰ ਦਿਓ ਬੰਸ ਬਾਈ ਜੋ ਵੀ ਭਾਈ ਲਾਈਵ ਦੇ ਰਿਹਾ ਸ਼ੇਅਰ ਕਰਦੇ ਚੱਲੇਗਾ ਬਾਈ ਲਾਈ ਪੁਆਇੰਟ ਵੱਧ ਗਿਆ ਕਿ ਸਰਵਿਸ ਕਿਉਂ ਜਾ 1-0 ਹੀ ਹੈ ਜੀ ਜੱਸਾ ਹਾਰ ਗਿਆ ਸਾ ਬਾਈ ਯੂਪੀ ਸ਼ਾਸਤਰੀ ਸੇ ਸ਼ੇਰੂ ਸ਼ਾਹ 2-0 ਜੀ ਬੜਾ ਵੱਡਾ ਫਰਕ ਹੈ ਪ੍ਰਾਈਜ਼ ਦੇ ਵਿੱਚ 41,000 ਤੇ 21,000 ਦੇ ਫੈਸਲੇ ਆਪੇ ਤਿੰਨ ਚਾਂਦੀ ਦੀਆਂ ਕੈਨਾਂ ਵਾਲੀਵਾਲ ਸ਼ੂਟਿੰਗ 25 ਸੁਪਰ ਟੂਰਨਾਮੈਂਟ ਪੈਂਡਿੰਗ ਹੁੰਦੀ ਯੂਪੀ ਸ਼ਾਸਤਰੀ ਦੀ ਪੰਜਾਬ ਫੈਡਰੇਸ਼ਨ ਵਾਲੀਵਾਲ ਦੀ ਲਾਈਵ ਤੇ ਬਹੁਤ ਸਵਾਗਤ ਹੈ ਸਾਰੇ ਭਰਾਵਾਂ ਦਾ ਪੰਜਾਬ ਦਾ ਮੈਚ ਮਿੱਤਰੋ ਵੀ ਸ਼ੇਅਰ ਜ਼ਰੂਰ ਕਰੋ ਸਾਰੇ ਵੀਰ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਕਿ ਟੀਮਾਂ ਦੋਨੋਂ ਚੰਗੀਆਂ ਤੇ ਮਾਰ ਮਾਰ ਸ਼ਾਟਾਂ ਭੇੜੇ ਕੱਢਣ ਗਿਆ ਅੱਗ ਬਈ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਪਈ ਹੈ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਪਈ ਪਤਾ ਲੱਗ ਜਾਣਾ ਹੈ ਵੀ ਕਿਹੜੇ ਉਹ ਭਾਗਾਂ ਵਾਲੇ ਖਿਡਾਰੀ ਨੇ ਜਿਹੜੇ ਅੱਜ ਕਿਸਮਤ ਨੂੰ ਵੀ ਨਾਲ ਜਿੱਤ ਕੇ ਆਏ ਹੈ ਔਰ ਜਿਹਨਾਂ ਕਿਹਨਾਂ ਨੇ ਅੱਜ ਚਾਂਦੀ ਦੀਆਂ ਚੈਨਾਂ ਦੇ ਜੇਤੂ ਬਣਨਾ ਹੈ ਬਈ ਆਹਦਾ ਮਹਾਨ ਹੈ ਇੱਧਰ ਢਾਬਾ ਵਾਲਾ ਸ਼ੇਰੂ ਜਿਹੜੇ ਜਿਹੜੇ ਗਰਾਊਂਡਾਂ ਤੇ ਅੱਖ ਰੱਖੀ ਤੇ ਮੁੰਡੇ ਨੇ ਮੇਲੇ ਜਿੱਤੇ ਆ ਪਰ ਸਾਹਮਣੇ ਜਸ਼ਨ ਕਮਾਲ ਕਰ ਗਿਆ ਬਹੁਤ ਸੋਹਣਾ ਪੁਆਇੰਟ ਮੁੰਡੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ 2-0 ਰਾਮ ਰਾਮ ਜੀ ਮਣੀ ਪੰਚਾਲ ਯੂਕੇ ਗੁਰਲਾਲ ਜੈਮਲ ਸਿੰਘ ਵਾਲਾ ਔਖਾ ਕਾਹਦਾ ਗੁਰਲਾਲੇ ਨੰਦ ਵਜੇ ਪਏ ਆ ਜੌਂਟੀ ਦਾ ਮੈਚ ਹੀ ਚੱਲੀ ਜਾਂਦਾ ਵੀਰੇ ਜੌਂਟੀ ਦਾ ਮੈਚ ਜੀ ਅੰਕਿਤ ਹਾਰ ਗਿਆ ਸੀ ਵੀਰੇ ਸ਼ੇਰੂ ਨੂੰ ਯੂਪੀ ਨੂੰ ਹਾਂਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਵੀ ਔਰ ਵਧਾਈ ਵੀ ਆ ਬਾਈ ਮੇਰੇ ਕੋਲ ਵਧਾਈ ਔਰ ਆਪਕੋ ਵਧਾਈ ਬਾਈ ਸਾਹਿਬ ਵੰਸ ਜਾਟ ਦੀ USA ਰਾਮ ਰਾਮ ਬਾਈ ਕਮਲ ਜਾਟ ਡਿੰਗਰ ਮਾਜਰਾ ਸ਼ੇਅਰ ਕਰਨ ਕੇ ਲਈ ਤਹਿ ਦਿਲ ਸੇ ਧੰਨਵਾਦ ਹੈ ਜੀ ਓਕੇ ਓਕੇ ਜਸਰਾਮ ਬੇਦੀ ਓਕੇ ਓਕੇ ਵੰਸ ਕਰ ਦੇਣਾ ਚੇਂਜ ਕੋਈ ਬਾਤ ਨਹੀਂ ਵਧੀਆ ਵਧੀਆ ਜੱਸਾ ਫਰਵਾਲੀ ਵਧੀਆ ਬਾਈ ਟਾਈਮ ਤਾਂ ਆਪਣਾ ਹੀ ਹੈ ਗਰਲਾਲ ਸਕੋਰ ਮੇਰੇ ਹਿਸਾਬ ਨਾਲ 2 ਬਰਾਬਰ ਆ ਜਾਂ 1-2 ਆ ਬਾਈ ਲੈ 2 ਬਰਾਬਰ ਹੋ ਗਏ 2 ਬਰਾਬਰ ਪੁਆਇੰਟ ਆ ਜੀ ਸੁਪਰ ਫਾਈਨਲ ਮੈਚ ਆ ਜੀ ਫਾਈਨਲ ਮੈਚ ਆ ਜੀ 2-2 ਦੀ ਬਰਾਬਰੀ ਹੈ ਉਧਰ ਗੁਰਲਾਲ ਚਲੋ ਸਾਰੇ ਭਰਾ ਬਾਈ ਜੈਮਲ ਸਿੰਘ ਵਾਲਾ ਪਿੰਡ ਆ ਕਾਸਕੋ ਕ੍ਰਿਕਟ ਕਬੱਡੀ ਔਰ ਖੇਡ ਵਾਲੀਬਾਲ ਦਾ ਕਹਿੰਦੇ ਬ੍ਰਾਂਡ ਬੁਲਾਰਾ ਬਣ ਗਿਆ ਹੈ ਉਹ ਵੀ ਆ ਗਿਆ ਲਾਈਵ ਤੇ ਔਰ ਅੱਜ ਕੱਲ੍ਹ ਕਹਿੰਦੇ ਚਰਚਾ ਬਾਹਲੀ ਆ ਮੁੰਡੇ ਦੀ ਪਰ ਇਧਰਲੇ ਪਾਸੇ ਜਿੰਦਰ ਨੇ ਕਮਾਲ ਦਾ ਪੁਆਇੰਟ ਜਿਹੜਾ ਇੱਕ ਹੋਰ ਜੋੜ ਦਿੱਤਾ ਆਪਣੀ ਟੀਮ ਦੇ ਲਈ ਤਿੱਖੜ ਦੁਪਹਿਰਾ ਲੈ ਵੀ ਦੇਖ ਲਾ ਗੁਰਾਂ ਦੇ ਲਾਲ ਉਹ ਮੁੰਡੇ ਮੁੜਕੋ ਮੁੜਕੀ ਹੋਏ ਪਏ ਆ ਬਈਆ ਦਾ ਚੌਂਟੀ ਇਧਰਲੇ ਪਾਸੇ ਫਿੱਟ ਆ ਤੇ ਮਰਦੈੜੀ ਵਾਲੇ ਮੁੰਡਿਆਂ ਨੇ ਵੀ ਅੱਜ ਕਹਿੰਦੇ ਟੌਪ ਟੌਪ ਦੀਆਂ ਟੀਮਾਂ ਨੂੰ ਘਰ ਦਾ ਰਸਤਾ ਦਿਖਾਇਆ ਹੈ ਪਰ ਢਾਬਾ ਵਾਲਾ ਸ਼ੇਰੂ ਕਹਿੰਦੇ ਚੱਲਦੇ ਟਾਈਮ ਦਾ ਪੀਕ ਤੇ ਹੈ ਉਹ ਗੱਭਰੂ ਨੇ ਕਮਾਲ ਦਾ ਪੁਆਇੰਟ ਇੱਕ ਹੋਰ ਜੋੜ ਦਿੱਤਾ ਆਪਣੀ ਟੀਮ ਦੇ ਲਈ ਵੀ ਜਿਗਰਾ ਦਲੇਰ ਤੇ ਪੂਰੀ ਬਾਬੇ ਦੀ ਆ ਮੇਹਰ ਉਹ ਸ਼ਿਵਣੀ ਵਾ ਦੇਵੇ ਥਾਪੀ ਤੇ ਬਾਪੂ ਆਖਦਾ ਹੈ ਸ਼ੇਰ ਸੁੱਖੀ ਲੋਪੋ ਲਿਖੇ ਸਾਡੀ ਜਾਣ ਵਾਲੇ ਕਿੱਸੇ ਤੇ ਪਾਣੀ ਵਗਦੇ ਪਿਸ਼ਾਬ ਵੱਲ ਮੋੜ ਦਿੰਦੇ ਆ ਸੱਤ ਤਰੀਕ ਨੂੰ ਬੱਲ ਜੀਰਾ ਵੀਰੇ ਦੇਣ ਵਰਗੀ ਸੰਦੇ ਪੱਕੀਆਂ ਗਰਾੜੀਆਂ ਦੇ ਘੋਰ ਦਿੰਦੇ ਆ ਮਿੱਤਰਾਂ ਦੀ ਹੱਟ ਵੀ ਦੇਣ ਵਰਗੀ ਦੰਦੇ ਪੱਕੀਆਂ ਗਰਾਰੀਆਂ ਦੇ ਭੋਰ ਦਿੰਦੇ ਆ ਬਹੁਤ ਟੌਪ ਦਾ ਮੁਕਾਬਲਾ 2-2 ਹੀ ਹੈ ਜੀ ਕੈਨੇਡਾ ਫਾਈਨਲ ਮੈਚ ਹੈ ਜੀ ਕਾਸਿਵ ਮੇਰਠ ਵਧੀਆ ਵਧੀਆ ਮੰਗਾ ਗੁੱਜਰ ਇੱਕ ਇੱਕ ਸਿਰ ਕਰਤੇ ਚਲੇ ਗਏ ਸੀ ਬਾਈ ਲੈ ਤੇਰੀਆਂ ਪਹਿਲਾਂ ਵਾਲੀਆਂ ਪਾਰਟੀਆਂ ਹੀ ਲੋਟ ਆਉਂਦੀਆਂ ਗੁਰਲਾਲ
ਕਹਿੰਦਾ ਜੀ ਜੌਂਟੀ ਜਿੱਤੇ ਦਿਲਸ਼ਾਦ ਤੇ ਵਰਿੰਦਰ ਨੂੰ ਜਿੱਥੇ ਕਹਿਣਗੇ ਪਾਰਟੀ ਜੀਰੂ ਦੇ ਬੋਲਦੇ ਹਾਂ ਸਕੋਰ ਦੋ ਬਰਾਬਰ ਆ ਮੇਰੇ ਖਿਆਲ ਨਾਲ ਵੀਰੇ ਦੋ ਬਰਾਬਰ ਗੁੱਡ ਮਾਰਨਿੰਗ ਬਾਈ ਕਾਸਿਫ ਮੇਰਟ ਸਵਾਗਤ ਹੈ ਭਾਈ ਸਾਹਿਬ ਇੱਕ ਸਿਰ ਕਰਤੇ ਚੱਲੇਗਾ ਫਤਿਹਗੜੀਆ ਕਿੰਨੂ ਵੈਲਕਮ ਵੈਲਕਮ ਬਹੁਤ ਬਹੁਤ ਸ਼ੁਕਰੀਆ ਜੀ ਨਾਲ ਇੰਦਰ ਕਿੰਨੂ ਆ ਭਰਾ ਸਾਡਾ ਫਤਿਹਗੜੀਆ ਉਹ ਵੀ ਆ ਕੇ ਲਾਈਨ ਤੇ ਅੰਕਿਤ ਬਾਈ ਹਰ ਜੇ ਜੌਂਟੀ ਮੈਂ ਜਿੱਦਾਂ ਤੇ ਗੁਰਲਾਲ ਜੈਮਨ ਸਿੰਘ ਵਾਲਾ ਕਹਿ ਰਿਹਾ ਵੀ ਤਲਵੰਡੀ ਦੇ ਦਿਲਸ਼ਾਦ ਨੂੰ ਅਰਨਾਥ ਚਾਂਗਲੀ ਪਿੰਡ ਦੇ ਵਰਿੰਦਰ ਨੂੰ ਜੀਰੂ ਰਹਿਮਾਨੀ ਦੇ ਪਾਰਟੀ ਕਰ ਜਾਂਗੇ ਆਪਾਂ ਮੈਂ ਵੀ ਜੌਂਟੀ ਥੋੜ੍ਹਾ ਜ਼ੋਰ ਲਾ ਮੇਰਾ ਵੀਰ ਦੇ ਵਿੱਚ ਤੇਰੀ ਵੀ ਸੁਣਿਆ ਵੀਰ ਐਂਟਰੀ ਹੋ ਸਕਦੀ ਹੈ ਔਰ ਗੱਲਾਂ ਕਦੇ ਲੱਗਣਗੀਆਂ ਟਿਕਾਣੇ ਫਤਿਹਗੜੀ ਹੈ ਕਿੰਨੂ ਵੀ ਆ ਗਿਆ ਲਾਈ ਤੇ ਫਰਵਾਲੀ ਵਾਲਾ ਜੱਸਾ ਦੁਨੀਆ ਖਲੀ ਕਹਿੰਦੀ ਹੈ ਇਕੱਲੇ ਇਕੱਲੇ ਵੀਰ ਦਾ ਮੈਂ ਦਿਲੋਂ ਜਿਹੜਾ ਧੰਨਵਾਦ ਕਰਾਂਗਾ ਔਰ ਇਧਰਲੇ ਪਾਸੇ ਮਣੀ ਪੰਚਾਲ ਜੀ ਹੋਰ ਬੰਦਾ ਨਾ ਹੋਵੇ ਕੋਈ ਝਾਕਦਾ ਬੰਦਾ ਇੱਕ ਪਾਰਟੀ ਦੇ ਫਾਈਨਲ ਆ ਫਾਈਨਲ ਵੀਰੇ ਬਿਲਕੁਲ ਜੀ ਕਾਸਿਫ ਮੇਰਟ ਇੱਕ ਸਿਰ ਕਰ ਦੇਗੇ ਜੋ ਬਾਈ ਲਾਈਵ ਦੇਖ ਰਹੇ ਆ ਸਹੀ ਬਾਈ ਅਸੀਂ ਰਿਕਵੈਸਟ ਇੱਕ ਸਿਰ ਕਰਤੇ ਚੱਲੇਗੇ ਸਹੀ ਬਾਈ ਕਿੰਨੇ ਕਿੰਨੇ ਨਵਾਬ ਉਧਰ ਅੰਗਰੇਜ਼ ਤਖਤਪੁਰੀਆ ਉਹ ਵੀ ਆ ਗਿਆ ਲਾਈਵ ਤੇ ਵੀਰ ਬਹੁਤ ਬਹੁਤ ਸ਼ੁਕਰੀਆ ਵਾਹ ਬਾਈ ਵਾਹ ਵਾਹ ਜਿੰਦਰਾ ਨਹੀਂ ਹੋ ਰੀਸਾਂ ਤੇਰੀਆਂ ਅੱਜ ਦੇ ਥਰਡਾਂ ਤੇ ਵੀ ਬਾਲ ਦਾ ਸਿਰ ਬਾਹਲਾ ਕੁੱਟੀ ਤੁਰੇ ਆਉਂਦੇ ਆ ਪਤਾ ਵੀ ਚਾਂਦੀ ਦੀਆਂ ਚੈਨਾਂ ਦਿੱਤੀਆਂ ਜਾਣਗੀਆਂ ਚਾਂਦੀ ਦੀਆਂ ਚੈਨਾਂ ਉਧਰ ਚਾਰ ਹੈ ਇਧਰ ਦੋ ਹੈ ਲੈ ਵੀ ਚਾਰ ਨੰਬਰ ਆ ਮਰਦੈਡੀ ਦੀ ਟੀਮ ਦੇ ਦੋ ਨੰਬਰ ਜਿਹੜੇ ਮੈਂ ਤੱਕ ਅੱਧੋ ਅੱਧਾ ਫਰਕ ਹੈ ਫਾਈਨਲ ਮੈਚ ਹੈ ਸੁਰਿੰਦਰ ਸਾਹੂ ਵਾਲਾ ਕੋਚ ਸੈਮੀ ਹਰ ਗਿਆ ਵੀਰੇ ਬਾਹਲਾ ਤਕੜਾ ਲੱਗਿਆ ਸੈਮੀਫਾਈਨਲ ਸੁਰਿੰਦਰ ਬਾਈ ਦੋ ਕੁ ਪੁਆਇੰਟਾਂ ਦੇ 15-17 ਨਾਲ ਹਰ ਗਿਆ ਕੋਚ ਹਰ ਗਏ ਬਾਈ ਬਾਹਲਾ ਤਕੜਾ ਮੈਚ ਲੱਗਿਆ ਯੂਪੀ ਨਾਲ ਟੂਰਨਾਮੈਂਟ ਹੈਗਾ ਵੀਰੇ ਇਹ ਖਰੌਦੀ ਪਿੰਡ ਜੀ ਸਕੋਰ 2-4 ਕਾ ਸਕੋਰ ਹੈ ਜੀ 2-4 ਕੇ 4-2 2-4 ਕਾ ਸਕੋਰ ਹੈ ਜੀ 2 ਸ਼ਾਸਤਰੀ ਯੂਪੀ ਵਿਦ ਸੇਰੂ ਡੱਬਾ ਔਰ 4 ਹੈ ਜੀ ਮਰਦੇੜੀ ਵਿਦ ਜੁੰਟੀ ਬਈਏਵਾਲ ਨਵਾਬ ਹਰ ਗਿਆ ਪਹਿਲਾ ਰਾਊਂਡ ਹੀ ਹਰ ਗਿਆ ਜੀ ਨਵਾਬ ਤਾਂ ਬਈ 10 ਸਟਾਰ ਭੇਜਿਆ ਜੀ ਗੌਰਵ ਪੜੰਦੀ ਯੂਐਸਏ ਨੇ ਧੰਨਵਾਦ ਹੈ ਭਾਈ ਸਾਹਿਬ ਦੁਬਾਰਾ ਸੇ ਫਿਰ 10 ਸਟਾਰ ਭੇਜਿਆ ਜੀ ਸਹੀ ਹੈ ਲਾਪਰੀ ਕਰਮਗੜ ਬਈ 10 ਸਟਾਰ ਫਿਰ ਭੇਜਿਆ ਬਾਈ ਨੇ ਨਵਾਬ ਲਾਈਟਾਂ ਤੋਂ ਪਹਿਲਾਂ ਹੀ ਹਰ ਗਿਆ ਸੀ ਬਈ ਉਹ 100 ਸਟਾਰ ਬਣਦੇ ਸਾਡੇ ਗੌਰਵ ਬਣਾਉਂਦੀ ਯੂਐਸਏ 10-10 ਸਟਾਰ ਤੇ ਕਿਹਦਾ ਕੰਮ ਚੱਲਣਾ ਮੇਰੇ ਭਾਈ ਬੱਚੇ ਥੋੜਾ ਪਿੱਛੇ ਹੋ ਜਾ ਮੇਰਾ ਵੀਰ ਬਣ ਕੇ ਲਾਬੀ ਕਿੰਨੇ ਹੋ ਗਏ 4-4 ਹੋ ਗਏ 3 ਤੇ 4 3-4 ਤੇ 4 ਦਾ ਮੁਕਾਬਲਾ ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਹੈ ਲਓ ਦੇਖਾਂਗੇ ਚੌਥਾ ਨੰਬਰ ਹੁਣ ਕੌਣ ਜੋੜਦਾ ਆਪਣੀ ਟੀਮ ਦੇ ਲਈ ਹੈ ਔਰ ਸਾਹਮਣੇ ਫਾਈਨਲ ਮੈਚ ₹20,000 ਦਾ ਫਰਕ ਹੈ ਪ੍ਰਾਈਜ਼ ਦੇ ਵਿੱਚ ਚਾਂਦੀ ਦੀਆਂ ਚੈਨਾਂ ਦੇ ਨਾਲ ਸ਼ਾਨਦਾਰ ਕੱਪ ਜਿਹੜੇ ਭਾਵਾਂ ਨੇ ਤਿਆਰ ਕੀਤੇ ਹੈ
ਉਧਰ ਮਣੀ ਪੰਚਾਲ ਸਾਡਾ ਭਰਾ ਯੂਕੇ ਵਾਲਾ ਉਹ ਵੀ ਆ ਗਿਆ ਲਾਈਵ ਤੇ, ਬਹੁਤ ਬਹੁਤ ਧੰਨਵਾਦ ਬੜਾ ਪਿਆਰ ਵੀਰ ਨੇ ਭੇਜਿਆ ਹੈ। ਔਰ ਸਾਹਮਣੇ ਸਰਵਿਸ ਕਰਨ ਦੇ ਲਈ ਮੁੰਡੇ ਤਿਆਰ ਬਰ ਤਿਆਰ ਨੇ, ਮੈਚ ਜਿਹੜਾ ਬਿਲਕੁਲ ਬਰਾਬਰੀ ਤੇ ਹੈ ਵੀ ਨਿੱਤ ਗਹਿਰਾਂ ਦੀਆਂ ਮਹਿਫਲਾਂ ਸਜਾਵੇ ਆਉ ਤੇਰੇ ਲਈ ਉਹ ਖਾਸ ਬਣ ਗਏ, ਅਸੀਂ ਖੇਡ ਹੋ ਗਏ ਮਨ ਪਰਚਾਵੇ ਦੀ ਤੇਰੇ ਲਈ ਟਾਈਮ ਪਾਸ ਬਣ ਗਏ ਹੈ ਤੇ ਏਦਾਂ ਗਹਿਰਾਂ ਦੇ ਹੱਥਾਂ ਵਿੱਚ ਖੇਡਣ ਦਾ ਸਾਡੇ ਨੀ ਰਿਵਾਜ ਮੁੰਡਿਆ, ਆਉ ਤੂੰ ਨੀ ਸਾਡਾ ਤੇ ਅਸੀਂ ਨੀ ਹੁਣ ਤੇਰੇ, ਜਾਂ ਟੁੱਟ ਗਈ ਲਿਹਾਜ ਮੁੰਡਿਆ ਤੂੰ ਨੀ ਸਾਡਾ ਤੇ ਅਸੀਂ ਨੀ ਹੁਣ ਤੇਰੇ, ਜਾਂ ਟੁੱਟ ਗਈ ਲਿਹਾਜ ਮੁੰਡਿਆ ਯਾਰੀ ਪੱਕੀ ਆ, ਪਰ ਮੁੰਡੇ ਕਹਿੰਦੇ ਸੱਜਰੇ ਸ਼ਰੀਕ ਬਣੇ ਫਿਰਦੇ ਆ, ਚਾਰ ਚਾਰ ਦੀ ਬਰਾਬਰੀ ਹੈ, ਕੱਲਾ ਕੱਲਾ ਪੁਆਇੰਟ ਤੇ ਕੱਲੀ ਕੱਲੀ ਕਹਿੰਦੇ ਗਲਤੀ ਨੋਟ ਕੀਤੀ ਜਾ ਰਹੀ ਹੈ ਕਿਉਂਕਿ ਬੈਸਟਾਂ ਦੇ ਲਈ ਚਾਂਦੀ ਦੀਆਂ ਚੈਨਾਂ ਨੇ। ਨਾਲ ਹੀ ਉੱਧਰ ਦਿੱਲੀ ਸਿੱਧੂ ਦਾ ਭਰਾ ਸਾਡਾ ਵਸਦਾ ਕੈਨੇਡਾ ਦੇ ਵਿੱਚ ਮਰਦੈਡੀ ਪਿੰਡ ਤੋਂ, ਉਹ ਸਾਡਾ ਵੀਰ ਕਹਿ ਰਿਹਾ ਵੀ ਜੇਕਰ ਮਰਦੈਡੀ ਵਾਲੇ ਮੁੰਡਿਆਂ ਚੱਲਦੇ ਹੋਏ ਮੈਚ ਦੇ ਵਿੱਚ ਜਿੱਤ ਗਏ ਤੇ ਵਰਿੰਦਰ 21,000 ਸਾਰੀ ਟੀਮ ਦਾ ਸਨਮਾਨ ਹਜ਼ਾਰ ਦਿੱਤਾ ਜਾਵੇਗਾ, ਗੱਲ ਕਹਿੰਦੇ ਮਾਨਾ ਸਨਮਾਨ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ, ਹੋਰ ਭਲਾ ਕੀ ਦੁਨੀਆਂ ਤੋਂ ਕੋਈ ਲੈ ਜਾਂਦਾ ਤੇ ਬਾਹਰ ਕੱਫਣ ਤੋਂ ਖਾਲੀ ਹੱਥ ਸਿਕੰਦਰ ਦੇ ਜਾ ਸਕਦਾ ਕੁਝ ਨਾਲ ਤੇ ਸੱਚੀ ਲੈ ਜਾਂਦਾ ਤੇ ਤੁਰਿਆ ਫਿਰਦਾ ਇਹਦੀ ਕਿਸੇ ਦੀ ਤਾਕਤ ਹੈ ਜਿੱਤੇ ਜਿੰਨੇ ਝੱਖੜ ਝੁੱਲੇ ਤੇ ਕਾਟਾ ਢਹਿ ਜਾਂਦਾ, ਤੁਸੀਂ ਦਿਲ ਵਿੱਚ ਬਹਿਣ ਲਈ ਬਸ ਕਿਸੇ ਨੂੰ ਜਗ੍ਹਾ ਦਿਓ, ਹੌਲੀ ਹੌਲੀ ਉਹ ਤੁਹਾਡੀਆਂ ਚਲਾਂ ਚ ਬਹਿ ਜਾਂਦਾ ਤੇ ਬੇਬੀ ਹੋਵਣਗੇ ਕੋਈ ਕਿਸੇ ਦੇ ਮੂੰਹੋਂ ਲੈ ਜਾਂਦਾ, ਬਸ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ, ਆ ਕਹਿੰਦੇ ਪਿਆਰ ਸਤਿਕਾਰ ਦੇ ਸੱਦੇ ਨੇ ਟੀਮਾਂ ਪੁੱਜੀਆਂ ਪਰਕੋਲ ਉਰਦੀ ਧੂੜ ਆ, ਉਹ ਦੁਨੀਆਂ ਕਹਿੰਦੇ ਤੱਕਦੀ ਵੀ ਅੱਜ ਖਰੌਦੀ ਚੋਂ ਚਾਂਦੀ ਦੀਆਂ ਚੈਨਾਂ ਦਾ ਜੇਤੂ ਬੱਲੇ 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 ਢਾਬਾ ਵਾਲਾ ਕਿਆ ਬਾਤ ਹੈ, ਚੱਲਦੇ ਟਾਈਮ ਦਾ ਕਹਿੰਦੇ ਪੀਕ ਤੇ ਆ ਮੁੰਡਾ, ਉਹ ਨੰਬਰ ਕਹਿੰਦੇ ਜੋੜਨ ਦੇ ਲਈ ਕੋਸ਼ਿਸ਼ ਤੇ ਕਰ ਰਿਹਾ ਪਰ ਬਾਲ ਆਊਟ, ਸਫਲਤਾ ਮਰਦੈਡੀ ਦੀ ਟੀਮ ਦੇ ਸਾਹਮਣੇ। ਰਾਮ ਰਾਮ ਜੀ ਨਾਨੂੰ ਜੈਪੁਰ ਜੀ, ਰਾਮ ਰਾਮ। ਚਾਰ ਪੰਜ ਠੀਕ ਹੈ, ਛੋਟੂ ਮਾਜਰਾ ਪ੍ਰੇਮ ਇੰਦਰੀ ਕੀ ਟੀਮ ਮੇਂ ਖੇਲ ਰਿਹਾ ਥਾ ਭਾਈ, ਔਰ ਯੂਪੀ ਸ਼ਾਸਤਰੀ ਕਾ ਅਲੱਗ ਸੈੱਟ ਆ ਜੂ ਭਾਈ। ਇਹ ਮੈਚ ਹੋ ਰਿਹਾ ਜੀ ਖਰੋਦੀ ਕੈਥਲ ਮੇਂ ਭਾਈ, ਗਾਓ ਖਰੋਦੀ ਜ਼ਿਲ੍ਹਾ ਕੈਥਲ। ਰਾਹੁਲ ਜੌਨ ਪਥਰੇੜੀ, ਬਹੁਤ ਬਹੁਤ ਸਵਾਗਤ ਹੈ ਜੀ ਰਾਹੁਲ ਜੌਨ, ਰਾਮ ਰਾਮ ਜੀ। ਅੱਜ ਆਪ ਨਹੀਂ ਆਏ ਖੇਲਣੇ ਰਾਹੁਲ ਬਾਈ, ਫਾਈਨਲ ਆ ਫਾਈਨਲ ਬਿਲਕੁਲ ਜੀ ਮੋਦੀ ਕੁਮਾਰ ਜੀ। ਹਵਾ ਵੀ ਸ਼ੋਰ ਹੈ, ਸਾਰੀ ਮਿੱਟੀ ਖਾਏਗੇ ਬਾਈ, ਜ਼ਿਆਦਾ ਨਾ ਬੋਲੋ ਮੂੰਹ ਵੱਢ ਜੇਗੇ।
ਜੀ ਕਿੰਨੇ ਹੈਗੇ ਦੱਸਿਆ ਜੀ ਸਕੋਰ ਦੱਸਿਆ ਜੀ 6-4 ਹੈ ਓਕੇ ਓਕੇ ਰਾਹੁਲ ਬਾਈ ਪੂਰਾ ਬਾਈ ਔਰ ਜੁਨਟੀ ਬਈਏਵਾਲ ਮਿਸ ਨੈਟਮੈਨ ਰੂਪਲ ਕਿੰਨੇ ਹੋ ਗਏ ਸੀਮਾ ਮੈਂ ਬਾਈ ਸਹਾਨਪੁਰ ਵਾਲਾ 6-4 6-4 ਸਕੋਰ ਆ ਜੀ 6-4 ਲਾਈ 7 ਹੋ ਗਏ ਪੁਆਇੰਟ ਨਾ 7 ਇੱਕ ਹੋਰ ਪੁਆਇੰਟ ਦਾ ਵਾਧਾ ਹੋ ਚੁੱਕਿਆ 7-4 ਹਾਂਜੀ ਹਾਂਜੀ ਰਾਹੁਲ ਬਾਈ ਲੇਟ ਹੋ ਗਿਆ ਸਕੋਰ ਮੇਰੇ ਹਿਸਾਬ ਨਾਲ 4-7 ਜਾਂ 5-7 ਆ ਵੀਰੇ 5 ਹੋ ਗਏ ਸਕੋਰ ਜੌਂਟੀ ਨੇ ਉੱਥੇ ਲਾਈ ਸੀ ਬਾਲ ਮੈਚ ਕਿੰਨੇ ਦਾ ਹੋਏ ਵੀ ਬਣ ਗਿਆ ਬਣ ਕੇ ਚੇਂਜ ਹੋ ਗਈ ਰੂਬਲ ਅਰਬ ਚੇਂਜ ਹੈ 7-4 ਜੀ 7-4 ਪੇ ਸਰਵਿਸ ਚੇਂਜ ਹੈ ਜੀ 7 ਯੂਪੀ ਸ਼ਾਸਤਰੀ 5 ਹੈ ਜੀ 7-5 ਜੀ 7-5 7 ਯੂਪੀ ਸ਼ਾਸਤਰੀ ਔਰ 5 ਮਰਦੇੜੀ ਗੱਲ ਨੂੰ ਜੜਦਾ ਸਰਵਿਸ ਯੂਪੀ ਸ਼ਾਸਤਰੀ ਕੀ ਹੈ ਜੀ ਚੌਂਕਣ ਲੱਗ ਗਏ ਚਿੱਟਾ ਜਿਹਾ ਲਈ 7-5 ਫਾਈਨਲ ਮੈਚ ਹੈ ਬਈ ਯਾਰ ਜਿੰਨੇ ਕੁ ਜਾਣੇ ਬੈਠੇ ਇੱਕ ਵਾਰੀ ਪਹਿਲਾਂ ਤਾੜੀ ਤਾਂ ਮਾਰ ਦੋ ਜ਼ੋਰਦਾਰ ਦੋਨੋਂ ਟੀਮਾਂ ਦੇ ਲਈ ਬਹੁਤ ਤਗੜਾ ਫਾਈਨਲ ਦਿਖਾ ਰਹੀਆਂ ਦੋਨੋਂ ਟੀਮਾਂ 7-5 ਦੋ ਪੁਆਇੰਟਾਂ ਦਾ ਫਰਕ ਹੈ ਵੀ 1-1 ਦੋ ਹੁੰਦੇ ਨੇ 1-1 11 ਵੀ ਹੈ ਮਹਿਫਲ ਮਾੜੀ ਆ ਮਿੱਤਰੋ ਵਿਗੜੇ ਹੋਏ ਯਾਰਾਂ ਦੀ ਹੈ ਤੇ ਠਰਕੀ ਨੀ ਚੰਗਾ ਲੱਗਦਾ ਪਿਓ ਜੋ ਧੀਆਂ ਦਾ ਬਹੁਤਾ ਚਿਰ ਢਿੱਡ ਨੀ ਪਾਲਦਾ ਘਰ ਦੇ ਉਹ ਜੀਆਂ ਦਾ ਰੱਖ ਕੇ ਬਨੇਰੇ ਉੱਤੇ ਆ ਕਸੀਦਾ ਨੀ ਮੰਜਾ ਵੇ ਤੇ ਚੱਕ ਮੈਂ ਜੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਵੇ ਆ ਚੱਕ ਮੈਂ ਜੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਵੇ ਇਧਰਲੇ ਪਾਸੇ ਲਵ ਕੁਸ਼ ਨੇ ਪੁਆਇੰਟ 8 ਜੋੜ ਦਿੱਤਾ ਆਪਣੀ ਟੀਮ ਦੇ ਲਈ 8-5 ਇੱਕ ਹੋਰ
ਪੁਆਇੰਟ ਦਾ ਇਜਾਫਾ ਹੁੰਦਾ ਆ 19 ਪੁਆਇੰਟਾਂ ਦੀ ਖੇਡ ਖੇਤੀ ਕਰ ਲਾ ਬੰਦੇ ਨੂੰ ਵਧੀਆ ਵਧੀਆ ਦੀਪ ਚੰਡੀਗੜ੍ਹ ਆਪਣੇ ਆਪ ਕੱਟ ਗਿਆ ਖਰਾਬ ਹੋ ਸਕਦਾ ਹੁਣ ਜਲਦੀ ਸਾਹਮਣੇ ਮੁਕਾਬਲਾ ਆ ਵੀ ਬਹੁਤ ਸ਼ਾਨਦਾਰ ਔਰ ਹਾਲੇ ਨੀ ਪਤਾ ਵੀ ਕਿਹੜੀ ਟੀਮ ਨੇ ਜਿੱਤਣਾ। ਨੰਬਰ 6ਵਾਂ ਜੁੜ ਗਿਆ ਇੱਧਰ, 6 ਨੰਬਰ ਮਰਦਾ ਹੇੜੀ ਤੇ 8 ਨੰਬਰ ਯੂਪੀ ਸ਼ਾਸਤਰੀ ਦੀ ਟੀਮ ਨੇ ਜੀ। ਬਹੁਤ ਵਧੀਆ, ਬਹੁਤ ਸੋਹਣੀ ਬਾਲ ਲਾਈ ਆ ਮੁੰਡੇ ਨੇ ਔਰ ਤਗੜਾ ਜਿਹੜਾ ਫਾਈਨਲ ਖੇਡਿਆ ਜਾ ਰਿਹਾ ਹੈ। ਬਾਕੀ ਜਿਹਨਾਂ ਦਾ ਫਾਈਨਲ ਚਾਹੀਦਾ ਵੀ ਖੜਕਾ ਦੜਕਾ ਹੋਣਾ ਚਾਹੀਦਾ ਉਦਾਂ ਦੀ ਗੱਲਬਾਤ ਹੈ। ਔਰ ਭਰਾਵਾਂ ਨੇ ਬਹੁਤ ਵੱਡੀ ਮਿਹਨਤ ਕੀਤੀ ਮੇਲੇ ਨੂੰ ਕਰਵਾਉਣ ਦੇ ਲਈ, ਗਰਾਊਂਡ ਤਿਆਰ ਕੀਤਾ, ਉਸ ਤੋਂ ਬਾਅਦ ਲੰਗਰ ਪ੍ਰਸ਼ਾਦੇ ਪਾਣੀ ਵਾਲੇ ਪ੍ਰਬੰਧ ਵੀ ਭਰਾਵਾਂ ਨੇ ਸਿਰੇ ਦੇ ਕੀਤੇ ਹੈ। ਔਰ ਇੱਧਰ ਟੀਮਾਂ ਵੀ ਆਪਣੇ ਕੋਲ ਸਾਰੀਆਂ ਤਕਰੀਬਨ ਚੰਗੀਆਂ ਪਹੁੰਚੀਆਂ ਔਰ ਹੁਣ ਇਸ ਤੋਂ ਬਾਅਦ ਗੱਲਾਂ ਹੋਰ ਵੀ ਲੱਗਣਗੀਆਂ ਟਿਕਾਣੇ। ਮੈਚ ਇਧਰਲੇ ਪਾਸੇ ਢਾਬਾ ਲਿਆ, ਮੈਂ ਵੀ ਹਰ ਪੁਆਇੰਟ ਲਈ ਤਾੜੀ ਮੁਸ਼ਕਲ ਹੁੰਦੀ ਆ ਪਰ ਆਹ ਪੁਆਇੰਟ ਲਈ ਤਾੜੀ ਬਣਦੀ ਆ, ਤਾੜੀ ਮਾਰ ਦੋ ਜ਼ੋਰਦਾਰ। ਕਿਆ ਹੀ ਬਾਤ, ਨੰਬਰ ਜੋੜ ਦਿੱਤਾ ਮੁੰਡੇ ਨੇ ਆਪਣੀ ਟੀਮ ਦੇ ਲਈ। ਰੂਬਲ ਸ਼ਰਮਾ ਜੀ ਨੌ ਤੇ ਸੱਤ ਜੀ, 9 ਨੰਬਰ ਯੂਪੀ ਸ਼ਾਸਤਰੀ, 7 ਨੰਬਰ ਮਰਦਾ ਹੇੜੀ। ਠੀਕ ਹੈ ਠੀਕ ਹੈ ਜੱਸਾ ਫਰਵਾਲੀ, ਸਕੋਰ 9-7 ਆ ਹਰਮਨ ਵੀਰੇ, 9-7। ਠੀਕ ਹੈ ਠੀਕ ਹੈ ਸੁਖੇ, ਹ
ਹਾਂਜੀ ਹਾਂਜੀ ਫਾਈਨਲ ਆ ਫਾਈਨਲ ਵੀਰੇ ਹੈਲੋ ਹਾਂਜੀ ਹਾਂ ਹਾਂ ਵੀਰੇ ਹਾਂ ਬੋਲਤਾ ਉਹਦੀ ਅਨਾਊਂਸਮੈਂਟ ਕਰਾ ਦੀ ਵੀਰੇ ਕਰਾ ਦੀ ਅਨਾਊਂਸਮੈਂਟ ਹਾਂ ਕੋਈ ਨਹੀਂ ਦੁਬਾਰੇ ਫਿਰ ਬੁਲਾ ਦੇਣਾ ਹਾਂ ਹਾਂ ਬੋਲਤਾ ਸੀ ਵੈਸੇ ਤੁਹਾਨੂੰ ਬਾਈ ਨੂੰ ਹੋਲਡ ਰੱਖ ਕੇ ਫੋਨ ਫਿਰ ਕਰਾਇਆ ਸਮਾਰ ਕੇ ਅਨਾਊਂਸਮੈਂਟ ਹਾਂ 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 ਕੋਈ ਨਹੀਂ ਕਹਿ ਦੇਣਾ ਠੀਕ ਆ ਦਲ ਸਾਹ ਤੋਂ ਬਿੰਨੀ ਸਿੱਧੂ ਵਾਲਾ ਫਿਰ ਬੋਲਦੀ 21,000 ਮਰਦ ਜਿਹੜੀ ਜਿੱਤੇ 21,000 ਅੰਗਰੇਜ਼ ਸੀਗਾ ਮਹਾਂ ਬੋਲਦਾ ਨਾਲ ਹੀ ਉਧਰ ਬਿੰਨੀ ਸਿੱਧੂ ਦਾ ਭਰਾ ਸਾਡਾ ਕੈਨੇਡਾ ਵਾਲਾ ਪਹਿਲਾਂ ਵੀ ਐਲਾਨ ਕਰਾਇਆ ਵੀਰ ਨੇ ਭਾਈ ਦਾ ਵੀ ਜੇਕਰ ਟੀਮ ਮਰਦਾ ਹੈ ਦੀਆਂ ਚੱਲਦੇ ਹੋਏ ਮੈਚ ਦੇ ਵਿੱਚ ਉਹ ਜੇਤੂ ਰਹੇਗੀ ਹੈ ਤੇ 21,000 ਦੇ ਨਾਲ ਮਾਣ ਸਨਮਾਨ ਕੀਤੇ ਜਾਣਗੇ ਬਿੰਨੀ ਸਿੱਧੂ ਸਾਡਾ ਵੀਰ ਵਸਦਾ ਵਿੱਚ ਕੈਨੇਡਾ ਦੇ ਔਰ ਉਹ ਭਾਰ ਦੇ 20 ਰੁਪਿਆ ਜਿਹੜਾ ਦਿੱਤਾ ਜਾਵੇਗਾ 21,000 ਸਾਰੀ ਟੀਮ ਦੇ ਲਈ ਫਾਈਨਲ ਆ ਫਾਈਨਲ ਮੀਤ ਜਲਦਾਰ ਜੀ ਸਕੋਰ ਨਵਾਬ 9 ਬਰਾਬਰ ਪੁਆਇੰਟ ਆ ਜੀ ਥੋੜਾ ਦਾਇਰਾ ਐਸੇ ਹੋਤਾ ਹੈ ਦੂਰ ਕੀ ਆਵਾਜ਼ ਨਹੀਂ ਕੈਚ ਕਰੇਗਾ ਜ਼ਿਆਦਾ ਇਸਕਾ ਇਹ ਮਤਲਬ ਦਸ 9 ਤੋਂ ਸੈਟਾਂ ਚੇਂਜ ਆ ਜੀ 10 ਯੂਪੀ ਸ਼ੇਰੂ ਢਾਬਾ ਦੇ 9 ਸਕੋਰ ਮਰਦੈੜੀ ਬਈ ਵਾਲੀ ਜੰਮਤੀ ਦੇ 10-9 ਵੀ 10-9 ਹੋ ਗਏ ਜੀ 10 ਨੰਬਰ ਯੂਪੀ ਸ਼ਾਸਤਰੀ ਤੇ 9 ਨੰਬਰ ਜਿਹੜੇ ਮਰਦੜੀ ਦੀ ਬੀਟ ਹੁੰਦੇ ਜੀ 1 ਮਿੰਟ ਦਾ ਫਰਕ ਹੈ 10 ਤੇ 9 ਹਾਂ ਨਵਾਬ ਤਾਂ ਫਿੱਟਾ ਪੂਰਾ ਕੋਈ ਸ਼ੱਕ ਨਹੀਂ ਬਈ ਇਹ ਗੱਲ 'ਚ ਮਰੀਕ ਭਰਾ ਬਣ ਕੇ ਬੋਤਲ 'ਚ ਪਾਣੀ ਭਰ ਲਾ ਠੰਡਾ ਪਾਣੀ ਆਇਆ ਕੈਂਪ ਪ੍ਰੋ ਪਿਆ ਲਿਆ ਪੀ ਲਾਂਗੇ ਘੁੱਟ ਘੁੱਟ ਸਾਰੀ ਆ ਆਹ ਬਾਈ ਲਿਆ ਤੂੰ ਲਿਆ ਬਾਈ ਉਹ ਬਈ ਬਾਹ ਭੇਜਤਾ ਬਾਈ ਮੈਂ ਇੱਥੇ ਤਾਂ ਮਿੱਟੀ ਵਾਲੀ ਆਉਂਦੀ ਆ ਨਵਾਬ ਮਿੱਟੀ ਖਾਏਗਾ ਮਿੱਟੀ ਤਾਂ ਪਹਿਲਾਂ ਮਿੱਟੀ 'ਚ ਤਾਂ ਹਵਾ ਚੱਲਦੀ ਇੱਧਰੋਂ ਜਿੰਨੇ ਦਾ ਪੈਦਾ ਕਰਿਆ ਤੂੰ ਮਿੱਟੀ ਦੇ ਨਾਲ ਮਿੱਟੀ ਹੋਣਾ ਚਾਹੁੰਦੀ ਹੈ ਸਾਨੂੰ ਮਿੱਟੀ ਤੋਂ ਕਰਦੀ ਹੈ ਮਟਿਆਰੀ ਲੈ ਵੀ 10-9 ਕਰੋ ਸ਼ੁਰੂ ਅੱਜ ਵੀਰੇ ਪਾਣੀ ਪੁਣੀ ਪਿਆ ਲਓ ਨਵਾਬ ਤਾਂ ਬਾਹਲਾ ਤਕੜਾ ਖੇਡਿਆ ਅੱਜ ਬਈ ਨਵਾਬ ਕੋਲੀ ਖੜਾ ਆਪਣੇ ਜਿਹੜੇ ਭਰਾ ਪਹਿਲਾਂ ਕਹਿੰਦੇ ਸੀ ਨਵਾਬ ਤਾਂ ਬਾਹਲਾ ਤਕੜਾ ਖੇਡਿਆ ਅੱਜ ਪਹਿਲਾ ਰਾਊਂਡ ਇਹ ਹਰ ਗਿਆ ਸੀ ਡੇਰਾ ਬਸੀ ਨੂੰ ਜੋਟੀ ਕਿਹੜੀ ਟੀਮ ਸੀ ਵਿਵਾਹ ਨਹੀਂ
ਭਵਾਨੀ ਨੂੰ ਹਰ ਗਿਆ ਵੀਰੇ ਇਹ। ਜੱਸਾ ਫਰਵਾਲੀ ਕਹਿੰਦਾ ਵੀ ਜੇ ਜੌਂਟੀ ਸ਼ਿਰ ਨਾਲ ਲਾਸਟ ਮੈਚ ਵੀ ਬਾਈ ਇੱਕ ਲਾਈ ਵਰਿੰਦਰ ਨਾਲ 1100 ਜੀਰੋ ਤੇ ਕੁੱਤਾ 1-0 ਨਾਲ ਜੱਸਾ ਫਰਵਾਲੀ ਜਿੱਤੇ ਆਪਣਾ ਜੱਸਾ ਫਰਵਾਲੀ ਕਹਿੰਦਾ ਜੌਂਟੀ ਨਹੀਂ ਕੁਰਕਣੀ ਦਾ ਤੂੰ ਹਰ ਗਿਆ ਜਿੱਤੇ ਫੋਨ ਹੈਗਾ ਹਾ ਮੇਰੇ ਪਿੰਡ ਨੂੰ ਹਰ ਗਿਆ ਕਹਿੰਦਾ ਕੁਰਕਣੀ ਸੀ ਜੌਂਟੀ ਜਿੱਤੇ 1100 ਸੁੱਖੇ ਚਾਂਗਲੀ ਵੱਲੋਂ ਬਾਈ ਹੱਸੀ ਜਾਂਦਾ ਵੀ ਮੇਰੇ ਨਾਲ ਤਾਂ ਬਾਬਾ ਵਧੀਆ ਖੇਡ ਗਿਆ 1100 ਦੇ ਨਾਲ ਮਾਣ ਦਿੱਤਾ ਰਾਣਾ ਬਈਆਲ ਦੇ ਜੌਂਟੀ ਨੂੰ ਜੇਕਰ ਜੌਂਟੀ ਜਿੱਤ ਗਿਆ ਚਾਂਗਲੀ ਵਾਲਾ ਸੁੱਖਾ ਲੈ ਵੀ ਕਿੰਨੇ 10 ਨੋਈ ਆ ਜੀ ਕਿ 11 ਨੋ ਆ ਵਧੀਆ ਵਧੀਆ ਪ੍ਰਿੰਸ ਮਲਾੜ ਵਧੀਆ ਵੀਰੇ ਜੋਦੇ ਕਿੰਨੇ ਆ ਗੁੱਡ ਮਾਰਨਿੰਗ ਜੀ ਮਨੀਸ਼ ਜੀ ਸ਼ਰਮਾ ਜੀ ਲੈ ਵੀ ਆਊਟ ਹੈ ਜੀ 12 ਹੋ ਗਿਆ ਪੁਆਇੰਟ 11 ਤੇ 9 ਨਵਾਬ ਕਹਿੰਦਾ 12 ਹੋ ਗਿਆ ਨਵਾਬ 11 ਹੈ ਪੁਆਇੰਟ ਮੈਂ ਤਾਂ ਬੋਲਿਆ ਹੀ ਨਹੀਂ ਸ਼ਾਸਤਰੀ ਡਰੋਪ ਲਾ ਦੇਵੇ ਜਿਵੇਂ ਨਟਕਣ ਦੀ ਬਾਲ ਜਿਹੜੀ ਹੈ ਤੇ 100 ਦਿੱਤਾ ਜਾਊਗਾ ਜੀ ਬਹੁਤ ਪਤਾ ਜਿਗਰਾ ਰੱਖਦੇ ਦਮ ਰੱਖਦੇ ਨਵਾਬ ਦਾ ਸਨਮਾਨ ਜੱਗ ਨਾਲ ਬੱਲੇ ਮੁੰਡਿਆਂ ਨੇ ਰੀਸਾਂ ਕਮਾਲ ਕਰ ਦਿੱਤੀ ਸੁਮਿਤਾ ਮਰਦੀ ਮਰਦਾ ਹੇੜੀ ਵਾਲਾ ਨਾਲ ਗੁੱਲੀਆ ਜਸ਼ਨ ਵਰਗੇ ਮੁੰਡੇ ਜਿੰਦਰ ਵਰਗੇ ਬਹੁਤ ਚੋਟੀ ਦਾ ਪ੍ਰਦਰਸ਼ਨ ਕਰੀ ਤੁਰੇ ਆਉਂਦੇ ਆ ਪਰ ਯੂਪੀ ਵਾਲੇ ਮੁੰਡਿਆਂ ਨਾਲ ਵੀ ਹੈ ਬੋਲਬਾਲਾ ਵੱਡੀਆਂ ਟੀਮਾਂ ਦੇ ਵਿੱਚ ਰਿਕਾਰਡ ਕਹਿੰਦੇ ਮੁੰਡਿਆਂ ਨੇ ਕਾਇਮ ਕੀਤੇ ਹੋਏ ਆ ਖਰੌਦੀ ਦੀ ਧਰਤੀ ਆ ਫਾਈਨਲ ਮੈਚ ਸਾਈਡਾਂ ਜਿਹੜੀਆਂ ਚੇਂਜ ਹੋ ਚੁੱਕੀਆਂ ਨੇ ਕੁਝ ਕੁ ਟਾਈਮ ਨੂੰ ਪਤਾ ਜਿਹੜਾ ਲੱਗ ਜਾਣਾ ਹੈ ਵੀ ਕਿਹੜੇ ਉਹ ਭਾਗਾਂ ਵਾਲੇ ਖਿਡਾਰੀ ਜਿਨ੍ਹਾਂ ਨੇ ਜੇਤੂ ਬਣਨਾ ਹੈ ਤੇ ਕਿੱਦਾਂ ਨੇ ਮੇਰੇ ਮਿੱਤਰੋ ਦੂਜੇ ਨੰਬਰ ਦੀ ਸੰਤੁਸ਼ਟ ਰਹਿਣਾ ਹੈ ਅੱਜ ਹੈਗਾ ਲੱਪੇ ਗੁੱਟ ਦਾ ਟੂਰਨਾਮੈਂਟ ਸੁਖੇ ਲੱਪੇ ਗੁੱਟ ਦਾ ਟੂਰਨਾਮੈਂਟ ਹੈਗਾ ਅੱਜ ਆ ਜਾਓ ਉਹਦੇ ਖੇਡਣਾ ਯਾਰ ਕੀ ਟਾਈਮ ਕਿੰਨੇ ਸਕੋਰ ਆ 11 11 11 ਬਰਾਬਰ ਪੁਆਇੰਟ ਆ ਜੀ 11 ਬਰਾਬਰ 19 ਦੀ ਗੇਮ ਕਿੰਨੇ ਵੱਜ ਗਏ 9 ਅਮਰੀਕ ਨੂੰ ਕਹਿ ਮੈਂ ਪਾਣੀ ਭਰ ਲਿਆ ਉਹਦਾ ਕਹਿੰਦਾ ਨਹੀਂ ਕਹਿੰਦਾ ਤਿੰਨ ਘੰਟੇ ਸੋਚ ਕੇ ਪਤਾ ਹਿੱਟਿਆ ਸੀ ਪਲਵਾਲੀ ਕਹਿੰਦਾ ਮੈਂ ਤਾਂ ਖੁੱਲੇ ਹਿੱਟਣੇ ਬਾਅਦ ਚੋਂ ਕਹਿੰਦਾ ਉਹ ਅਮਰੀਕ ਸਾਨੂੰ ਤੇ ਥੋੜਾ ਪੋਦਾ ਪਾਣੀ ਪਾਇਆ ਵੀਰ ਸੂਰਜ ਹੋਰ ਉੱਤੇ ਆ ਗਿਆ ਨਾ ਮੜੀ ਇੱਧਰ ਨੂੰ ਕਰਦਾ ਵਰਿੰਦਰ ਸਹੀ ਆ ਫਿਰ ਫੋਨ ਨੂੰ ਧੱਪੋ ਫੋਨ ਦਾ ਹਰ ਜੋ ਆਪਣਾ ਨਾ ਕੱਢ ਜੀ ਫੋਨ ਦਾ ਨਹੀਂ ਯਾਰ ਨਾ ਆਪਣਾ ਉਲਟ ਕਹਿ ਗਿਆ ਮੈਂ
ਨੈਟ ਤੇ ਸ਼ੁਭਮ ਆ ਵੀਰੇ, ਸ਼ੁਭਮ ਸਹਾਰਨਪੁਰੀ ਆ ਜੌਂਟੀ ਦਾ ਨੈਟ। ਕੁਆਟਰ ਨਹੀਂ ਫਿਰ ਹੁੰਦੇ ਸੀ ਨਾ ਦੋ ਮੈਚ ਉਹਨਾਂ ਪਹਿਲਾਂ ਗਰਦੀ ਵਾਲੀ ਆਉਣ ਲੱਗ ਗਈ। ਤਕਰੀਬਨ ਆਪਣੇ ਕੋਲ 55-56 ਟੀਮਾਂ ਨੇ ਭਾਗ ਲਿਆ ਤੇ ਉਹਨਾਂ ਦੇ ਵਿੱਚੋਂ ਇਹ ਟੀਮਾਂ ਜਿਹੜੀਆਂ ਜਿੱਤ ਕੇ ਆਪਣੇ ਕੋਲ ਫਾਈਨਲ ਦੇ ਵਿੱਚ ਦਾਅਵੇਦਾਰੀ ਪੇਸ਼ ਕਰ ਰਹੀਆਂ ਨੇ। ਖਿਡਾਰੀ ਮੇਰੇ ਮਿੱਤਰੋ ਰਿਕਾਰਡ ਸੈੱਟ ਕਰਨਗੇ, ਇਹ ਤੇ ਗੱਲ ਕਦੇ ਟਾਈਮ ਟਾਈਮ ਦੀ ਆ ਮੇਰੇ ਮਿੱਤਰੋ, ਵੀ ਸਮੇਂ ਜਿਹਾ ਪਲਵਾਨ ਤੇ ਨਾ ਪਲਵਾਨ ਕੋਈ ਹੈ, ਆਖਿਰ ਵੱਡਿਆਂ ਵੱਡਿਆਂ ਦੀ ਕੰਡ ਲਾ ਦਿੰਦਾ ਹੈ। ਹਿੰਮਤ ਕਰਕੇ ਦੇਖਦਾ ਜੇ ਗੱਲ ਬਣ ਜਾਵੇ ਆ ਅੱਗੇ ਵਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ, ਤੇ ਬਾਕੀ ਦੁੱਖ ਤੇ ਸਾਰੇ ਹੱਸ ਕੇ ਜਰ ਜਾਈਏ। ਆਓ ਤੇਤੀ ਨੂੰ ਇੱਕ ਤੇਰਾ ਦੁੱਖ ਰਵਾ ਜਾਂਦਾ, ਬਈ ਸਮੇਂ ਜਿਹਾ ਬਲਵਾਨ ਤੇ ਨਾ ਭਲਵਾਨ ਕੋਈ ਆ, ਆਖਿਰ ਵੱਡਿਆਂ ਵੱਡਿਆਂ ਦੀ ਆ। ਆਓ ਕੰਡ ਲਾ ਦਿੰਦਾ ਵਾਵੇ ਜਿੰਦਰਾ ਜੰਬਰ ਮੁੰਡੇ ਨੇ, ਬਾਰਵਾਂ ਜੋੜ ਦਿੱਤਾ ਸਹਿਜੇ ਸਹਿਜੇ, ਜਿਵੇਂ ਸੋਨੂੰ ਕਹਿੰਦਾ ਹੁੰਦਾ ਸੀਤੋ ਵਾਲਾ, ਸਹਿਜੇ ਸਹਿਜੇ ਬਾਰਵਾਂ ਪੁਆਇੰਟ ਗੱਭਰੂ ਨੇ ਜੋੜ ਦਿੱਤਾ ਹੈ। ਬਹੁਤ ਤਗੜਾ ਮੁਕਾਬਲਾ ਹੈ। ਔਰ ਇੱਧਰ ਹੋ ਗਈ ਹੈ ਜੀ 12-11। ਸੁੱਖਾ ਸੀ ਮਰਦੈਡੀ ਵਾਲਾ, ਸੁੱਖਾ ਹੀ ਸੀਗਾ ਵੀਰੇ ਨੈੱਟ ਤੇ ਪਹਿਲਾਂ, ਉਹ ਫਾਦਰ ਸਾਹਿਬ ਦੀ ਡੈਥ ਹੋ ਗਈ ਉਹਦੇ, ਤਾਂ ਕਰਕੇ ਜਾਣਾ ਪੈ ਗਿਆ ਸੁੱਖੇ ਨੂੰ। ਟੀਮ ਦੀ ਸਹਿਮਤੀ ਨਾਲ ਫਿਰ ਸ਼ੁਭਮ ਖੇਡਿਆ ਨੈੱਟ ਤੇ ਵੀਰੇ। ਗਾਹਾਂ ਕਿਹੜੀ ਟੀਮ ਦੀ ਪਲੈਨਿੰਗ ਕਰਨਾ ਵਾ, ਗਾਹਾਂ ਤਾਂ ਹੁਣ ਦੇਖਦੇ ਆ, ਧੌਣ ਮਾਰੇ ਜਾਣੇ ਸੈਟਿੰਗ ਕਰਦੇ ਪੱਕੀ। ਗੁਰੀ ਨਾਲ ਹੋ ਗਈ ਗੱਲ, ਗੁਰੀ ਕਹਿੰਦਾ ਆਪਾਂ ਖੇਡਾਂਗੇ ਸਾਰਾ ਸੀਜ਼ਨ ਦਾ ਕੀ ਆ ਤੈਨੂੰ ਪਾਸ ਕੌਣ ਸੁਣ ਵੀ ਭਾਈ ਹਵਾ ਆ ਜੀ ਮੈਂ ਤਾਂ ਨਜ਼ਾਰਾ ਤਾਂ ਆ ਗਿਆ। ਰਿਸ਼ੀ ਪਵਾਰ ਵੈਲਕਮ ਵੈਲਕਮ ਬਾਈ ਜੀ, ਖੁੱਲੀ ਮਾਰ ਇੱਕ ਅੱਧੀ ਆਊਟ ਮਾਰੀ ਨੀ, ਖਾ ਟਾਈਮ ਹੋ ਗਿਆ। ਗਿਆਰਾਂ ਬਾਰਾਂ ਇੱਕ ਬਾਰ ਫਿਰ ਤੋਂ ਸਰਵਿਸ ਚੇਂਜ ਹੁੰਦੀ,
ਬਹੁਤ ਜ਼ੋਰ ਲੱਗ ਰਿਹਾ ਦੋਨੋਂ ਟੀਮਾਂ ਦੇ ਖਿਡਾਰੀਆਂ ਦਾ ਤੇ ਲੱਗੇ ਵੀ ਕਿਉਂ ਨਾ ਕਿਉਂਕਿ ਪ੍ਰਾਈਜ਼ ਫਰਕ ਬੜਾ ਹੈ 41,000 ਤੇ 21,000 ਚਾਂਦੀ ਦੀਆਂ ਚਾਈਨਾ ਆਹ ਦੇਖ ਲੈ ਫਿਰ ਕਹਿੰਦਾ ਬਾਈ ਜਾਣ ਕੇ ਕਮੈਂਟ ਪੜ੍ਹਦਾ ਮੂੰ ਨਵਾਬ ਹਰਗਾ ਸੀ ਮੋਹੇ ਤਾਂ ਪਹਿਲਾ ਰੌਣਾ ਰਿਹਾ ਸੀ ਨਵਾਬ ਬਾਈ ਦੇਖ ਲੈ ਫਿਰ ਨਾ ਬਾਈ ਕਹੀਂ ਵੀ ਜਾਣ ਕੇ ਨਵਾਬ ਚੁੱਪ ਕਰ ਜਾ ਨਵਾਉਣ ਕਮੈਂਟਾਂ 'ਚ ਅੱਗੇ ਕੀ ਬਣਦਾ ਨਵਾਬ ਦਾ ਮੋਹਿਤ ਵਰਿੰਦਰ ਦਾ ਵੀ ਬਣਿਆ ਅੱਜ ਬਈ ਮੈਂ ਤਾਂ ਹਾਰਿਆ ਯਾਰ ਲੈ ਤਾਂ ਕਮਾਲ ਦੀ ਗੱਲ ਵਰਿੰਦਰ ਦਾ ਦੋ ਵਾਰੀ ਹਾਰ ਗਿਆ ਅੱਜ ਨਾ ਐ ਨਹੀਂ ਕਹਿਣਾ ਯਾਰ ਐ ਕਿਉਂ ਨਹੀਂ ਕਹਿਣਾ ਇੱਕ ਪਹਿਲਾ ਮੈਚ ਹਾਰਿਆ ਇੱਕ ਫੇਰ ਹੁਣ ਫਾਈਨਲ ਤੋਂ ਪਹਿਲਾਂ ਫੇਰ ਉਹਦਾ ਅੰਕਲ ਹਾਰ ਗਿਆ ਅੰਕਲ ਦੇ ਦਿਲਸਾਦ ਹਾਰ ਗਏ ਮੇਰੇ ਦੱਸ ਕੋਈ ਗਲਤੀ ਤੁਹਾਨੂੰ ਇਹ ਚਾਰ ਬੰਦੇ ਸੀਗੇ ਬਾਈ ਅਸੀਂ ਦੋ ਜਾਣੇ ਸੀ ਮੈਚ ਤੋਂ ਬਾਅਦ ਦੋ ਜਾਣੇ ਨੇ ਚਾਰ ਘੁੱਟੇ ਕਿੰਨੇ ਦੋ ਕਿੰਨੇ ਜੀ ਦੋ ਤਿੰਨ ਸੀ ਇੱਕ ਨੈਟਮੈਨ ਜੀ ਹਾਂ ਫਿਰ ਸਾਡਾ ਵੀ ਨੱਟੀ ਸੀ ਫਿਰ ਤੁਸੀਂ ਤਾਂ ਪਿੱਛੇ ਤਾਂ ਨਹੀਂ ਅਸੀਂ ਪਿੱਛੇ ਦੋ ਸੀ ਸੂਰਜ ਸਿਰਤੀ ਚੜਿਆ ਹੁੰਦਾ ਔਖਾ ਯਾਰ ਜੰਟੀ ਕਿਹਦੇ ਇੱਧਰ ਸੂਰਜ ਇੱਧਰ ਇਹਦਾ ਪਤਾ ਪੁੱਠੀ ਸਪੀਡ ਪੜ ਦਿੰਦਾ ਉਲਟੇ ਚੱਕਰ ਫੜ ਦਿੰਦੇ ਇੱਧਰ ਆ ਜਾਣਾ ਜੀ ਹਾਂਜੀ ਹਾਂਜੀ ਚੰਨੀ ਖੇੜਾ ਯੂ ਐਸ ਏ ਬਾਈ ਫਾਈਨਲ ਆ ਜੀ ਮੋਹਿਤ ਚੌਧਰੀ ਤੇਰੀ ਟੀਮ ਦਾ ਕੰਮ ਕਰਾ ਦੂੰ ਮੈਂ ਹੁਣੀ ਆਣਾ ਬੋਲ ਜੁੰਟੀ ਹੁੰਦੀ ਤੀ ਨਾ ਜਾ ਕੇ ਥਾਪੀ ਉੱਥੇ ਰੋਕ ਦੂ ਪੁਆਇੰਟ ਬਹੁਤ ਰੇ ਚੰਨੀ ਖੇੜਾ ਜੀ ਸਾਡੇ ਯੂਐਸਏ ਵਾਲੇ ਉਹ ਵੀ ਆ ਗਏ ਨੇ ਲਾਈ ਤੇ ਬਹੁਤ ਬਹੁਤ ਧੰਨਵਾਦ ਚੰਨੀ ਖੇੜਾ ਜੀ ਯੂਐਸਏ ਵਾਲੇ ਬ੍ਰਾਂਡ ਪ੍ਰਮੋਟਰ ਸਾਡੀ ਖੇਡ ਵਾਲੀ ਵਾਲੇ ਉਹ ਵੀ ਆ ਗਏ ਨੇ ਬਹੁਤ ਬਹੁਤ ਧੰਨਵਾਦ ਲਓ 12 ਤੇ 11 ਦੀ ਟੱਕਰ ਆ ਸੈਂਟਰ ਜੇ ਜੌਂਟੀ ਖੜਾ ਹੈ ਇਧਰ ਜਿੰਦਰ ਤੇ ਗੁੱਲੀ ਦੀ ਜੋੜੀ ਕਹਿੰਦੇ ਪ੍ਰਸਿੱਧਾ ਪੂਰੀ ਹੈ ਤੇ ਨਾਲ ਮੈਂ ਤੱਕ ਰਿਹਾ ਵੀ ਜਸ਼ਨ ਆ ਨੈਟ ਤੇ ਸ਼ਿਰਮ ਖੇਡ ਦਾ ਚੁੰਬਰ ਸੁਹਾਰਤ ਪਰਵਾਲਾ ਔਰ ਸਾਹਮਣੇ ਦੂਜੇ ਪਾਸੇ ਭੂਰਾ ਖੇਡ ਦਾ ਢਾਬਾ ਸ਼ੇਰੂ ਆ ਜੌਂਟੀ ਨਾਲ ਲੱਪੇ ਘੁੱਟ ਸ਼ਿਨੂ ਉਸਤਾਦ ਖੜਾ ਹੈ ਔਰ ਜਿਹੜੀ ਕੋਈ ਬਾਲ ਆ ਗਈ ਨਾ ਸ਼ਿਨੂ ਦੇ ਡਿੱਕੇ ਤੇ ਪੈਣਾ ਵੀ ਥਾ ਟੱਪਈ ਆ ਗੱਲ ਜਿਹੜੀ ਪੱਕੀ ਆ ਮੇਰੇ ਮਿੱਤਰੋ 12 11 ਆ ਨਾ ਜੋਧਪੁਰੀਆ ਜੋਧੇ 12 11 ਅੱਧਾ ਘੰਟਾ ਤੈਨੂੰ ਬਾਅਦ ਹਰਿਆ ਮੈਂ 15 ਘੰਟਾ 15 ਮਿੰਟ ਲਾ ਮੈਂ ਹਲੇ ਦੇਖਣ ਹੀ ਜਾਂਦਾ ਜੀ ਉਹਨਾਂ ਤੁਹਾਡਾ ਕੀ ਹੋ ਗਿਆ ਤੇਰੇ ਨੂੰ ਤਾਂ ਬਾਅਦ ਚ ਹੋਇਆ ਉਹ ਤੋਂ ਬਾਅਦ ਵੀ ਹਰ ਗਿਆ ਤੂੰ ਦੋ ਵਾਰੀ ਹਰਿਆ ਤੂੰ ਦੋ ਵਾਰੀ ਹਰਿਆ ਇਹਨੂੰ ਹੋਰ ਬੰਦਾ ਵਾ ਗਿਆ ਉਹ ਬੱਟੇ ਉਹ ਬਾਲ ਓਏ ਜੌਂਟੀ ਯਾਰ ਤਗੜੀ ਬਾਲ ਵਾਹ ਬਈ ਵਾਲਾ ਵੀ ਜਿੱਡੀ ਤਗੜੀ ਬਾਲ ਲੱਗੀ ਨਾ ਤੇ ਹਾਂਜੀ ਹਾਂਜੀ ਫਾਈਨਲ ਵਾਲੇ ਥੋੜਾ ਜਿਹਾ ਤਾੜੀ ਮਾਰੋ ਜ਼ੋਰਦਾਰ ਮੇਰਾ ਵੀ ਨਹੀਂ ਬਾਈ ਦੇਖ ਲਈ ਮੈਂ 13 ਹੁਣ ਹੀਟ ਹੋਣ ਲੱਗ ਗਿਆ ਮਜ਼ਾਕ ਦੀ ਗੱਲ ਨਹੀਂ ਖਰਾਬ ਹੋ ਜਾਂਦਾ ਬਾਕੀ ਕਿੱਧਰ ਗਏ ਆਹ ਬਿਨਾ ਕੈਮਰੇ ਦੇ ਫੋਟੋ ਦੇਖੀ ਸਾਰੇ ਭੱਜ ਗਏ ਲਾਈ ਵਾਲੇ ਚੰਗਲੀ ਵਾਲਾ ਖੜਾ ਕੱਲਾ ਕਿਹਨੇ ਮਾਰੀ
ਜਿੰਦਰ ਕੁਛ ਮਰਜ਼ੀ ਹੋ ਜਾਵੇ ਵੀਰੇ ਪਰ ਗਾਲ ਨਹੀਂ ਕੱਢਣੀ ਯਾਰ ਤਾਂ ਬਾਹਰ ਹੀ ਖੜਾ ਯਾਰ ਸ਼ਾਸਤਰੀ ਆਪੇ ਫੌਲ ਦੇ ਦੂ ਰੈਫਰੀ ਕੋਈ ਵੀ ਨੀ ਹੈਗਾ ਹੁਣ ਬਿਨਾ ਮੈਂ ਬਿਨਾ ਉਹ ਤੋਂ ਚੱਲਦਾ ਰਹਾ ਦੋਨੇ ਟੀਮਾਂ ਹੀ ਵਾਲੀਆਂ ਮਾਣਦਾਰ ਨੇ ਤੇਰਾਂ ਗਿਆਰਾਂ ਚੋਦੇ ਤੇਰਾਂ ਗਿਆਰਾਂ ਪੁਆਇੰਟ ਵੀਰੇ ਤੇਰਾਂ ਮਰਦੇੜੀ ਗਿਆਰਾਂ ਯੂਪੀ ਹੋਰ ਲੈ ਲਾ ਪੰਗੇ ਹਾਂ ਕਾਲੇ ਕਾਲੇ ਬੂਲੇ ਦਾ ਸੀ ਕੌਣ ਜੋਨ ਵਾਹ ਬਾਈ ਵਾਹ ਬਹੁਤ ਸੋਹਣਾ ਪੁਆਇੰਟ ਜਿਹੜਾ ਜੋੜ ਦਿੱਤਾ ਇਧਰਲੇ ਪਾਸੇ ਸ਼ਿਵਮਾਨ ਹੁੰਦਾ ਸਹਾਰਨਪੁਰ ਵਾਲਾ ਨਿਊਜ਼ੀਲੈਂਡ ਦੇ ਵਿੱਚ ਉਹ ਵੀ ਆ ਗਿਆ ਲਾਈਨ ਤੇ ਕਹਿੰਦੀ ਸ਼ੰਮੀ ਵੇਖ ਲੈ ਉਹ ਸਾਹਮਣੇ ਕਹਿੰਦੇ ਕਮਾਲ ਦਾ ਜਿਹੜਾ ਫਾਈਨਲ ਆ ਪਹਿਲਾ ਪ੍ਰਾਈਜ 41,000 ਦੂਜਾ ਪ੍ਰਾਈਜ 21,000 ਹੈ ਤੇ ਜਿਹੜੇ ਖਿਡਾਰੀ ਬੈਸਟ ਬਣ ਗਏ ਉਹਨਾਂ ਦੇ ਲਈ ਚਾਂਦੀ ਦੀਆਂ ਚੈਨਾਂ ਦਿੱਤੀਆਂ ਜਾਣਗੀਆਂ ਇੱਧਰ ਬਈਆਲ ਪਿੰਡ ਦੇ ਜੌਂਟੀ ਨੇ ਕੋਸ਼ਿਸ਼ ਕੀਤੀ ਹੈ ਉੱਧਰ ਸ਼ੰਮੀ ਨਿਊਜ਼ੀਲੈਂਡ ਤੋਂ ਸਿੱਧੀਆਂ ਤਾਰਾਂ ਜੋੜੀ ਬੈਠਾ ਅੱਜ ਦੇ ਵੱਡੇ ਕੱਪ ਦੇ ਨਾਲ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਅਜੀ ਸ਼ੰਮੀ ਵੇਖ ਲਾ ਫਾਈਨਲ ਬੜਾ ਚੋਟੀ ਦਾ ਨਵਾਬ ਦੀ ਹੋਰ ਵਾਲੀ ਬਾਲ ਜ਼ਿਆਦਾ ਲੱਗੇ ਉੱਧਰ ਵੱਧ ਗਿਆ ਪੁਆਇੰਟ ਜੋਧਪੁਰੀ ਕਿ ਨਹੀਂ ਸਤਿ ਸ੍ਰੀ ਅਕਾਲ ਜੀ ਓਕੇ 11-14 11-14 ਪੁਆਇੰਟ ਆ ਜੀ 11-14 ਰਵੀ ਹਰ ਗਿਆ ਵੀਰੇ ਸਹੀ ਹੈ ਬੋਲਟ ਦੀ ਵਾਲ ਮਾਰੀ ਪਿਆ ਨਵਾਬ ਦੀ ਸਹੀ ਹੈ ਗੱਲ ਬਾਈ ਜਿੱਦਾਂ ਜਿੱਦਾਂ ਰਹਿ ਗਿਆ ਬੋਲਟ ਨਵਾਬ ਉਤੇ ਰਵੀ ਹਾਰ ਗਿਆ ਥਾ ਬਾਈ ਸਕੋਰ ਬਾਈ 11 ਯੂਪੀ 14 ਮਰਦੈੜੀ ਪੜੀ ਕੀ ਲਿਖਿਆ ਵਾ ਦੁਬਾਰੇ ਪੜੀ ਪੜੀ ਦੁਬਾਰੇ ਉਹੀ ਅਨਪੜ੍ਹ ਰਹਿ ਗਿਆ ਮਾਈਕੀ ਦੀਆਂ ਨੇ ਲੈ ਮੈਕ ਦੱਸੀ ਮੈਕ ਮਾਰ ਦੇ ਆਹ ਦੇਖ ਜੀ ਰੀਟਾ ਦੀਆਂ ਪਾਉਣ ਵਾਲੇ ਨੂੰ ਕੀ ਪਤਾ ਹੋਊਗਾ ਸਲੀਪਰਾਂ ਵਾਲੇ ਦੇ ਕੀ ਪਤਾ ਵੀ ਐਕਸ਼ਨ ਕੀ ਹੁੰਦਾ ਦੇਖ ਰੀਟਾ ਦੀਆਂ ਪਾਈ ਰੀਟਾ ਦੀਆਂ ਪਾਈ ਅਮਰੀਕ ਨੇ ਪੜ੍ਹ ਲਿਆ ਅਮਰੀਕ ਨੇ ਪੜ੍ਹ ਲਿਆ ਕਹਿੰਦਾ ਮੈਕ ਦੀਆਂ ਬਾਈ ਫਿਰ ਮੈਕ ਦੀਆਂ ਮਾਰੋ
ਲੈ ਬਾਰਵਾਂ ਜੋੜ ਦਿੱਤਾ ਹੈ। ਸਹੀ ਹੈ ਸਹੀ ਹੈ ਜੀ। ਸ਼ਮੀ ਕਾਲੇ ਬੋਲੇ ਵਾਲਾ ਕਾਲਾ ਬੋਲਾ ਕਾਲਾ ਬੋਲਾ ਇੰਡੀਆ ਵਾਸੀ ਤੇ ਸਾਡਾ ਆਇਆ ਹੋਇਆ ਹੈ ਕਾਲਾ ਬੋਲਾ। ਸੋ ਬਹੁਤ ਬਹੁਤ ਧੰਨਵਾਦ ਲਾਈਵ ਤੇ ਆ ਗਿਆ ਵੀਰ ਬੋਲਾ ਕਿਆ ਬਾਤ ਆ ਲੈ ਵੀ ਆਹ ਮੁੰਡੇ ਦੀ ਤਾੜੀ ਬਣਦੀ ਹੈ ਜ਼ੋਰਦਾਰ ਤਾੜੀ ਮਾਰ ਦੋ ਕਿਆ ਬਾਤ ਹੈ ਅੰਗਰੇਜ਼ ਆ ਨਾ ਮੁੰਡੇ ਦਾ ਉਹਦਾ ਨੇੜੇ ਰਹਿਣ ਵਾਲੇ ਜਸ਼ਨ ਕਹਿ ਦਿੰਦੇ ਆ 14-12 ਹੀ ਜੀ ਖਿੜਕਣਾ ਪਾਣੀ ਖੇਡ ਲਓ ਹੁਣ ਤਾਂ ਦੋ ਨਵਾਬ ਹਰ ਗਿਆ ਸੀ ਪਹਿਲਾ ਰਾਉਂਡ ਹਰ ਗਿਆ ਸੀ ਬਈ ਹਰ ਗਿਆ ਸੀ ਆਹਦੇ ਪਤਾ ਨੀ ਕਿਉਂ ਨੀ ਬੰਦੇ ਯਾਰ ਨਵਾਬ ਹਰ ਗਿਆ ਸੀ ਉਹਦੇ ਹਰ ਗਿਆ ਸੀ ਵੀਰੇ ਪਹਿਲਾ ਰਾਉਂਡ ਲਾਈਟਾਂ ਤੋਂ ਪਹਿਲਾਂ ਪਹਿਲਾਂ ਮੈਂ ਤਾਂ ਹਾਰ ਗਿਆ ਮੈਂ ਤਾਂ ਲੈ ਆ ਜੱਗਾ ਕੀ ਕਹਿੰਦਾ ਕਹਿੰਦਾ ਬੋਲਟ ਵਾਲੀ ਬਾਲ ਮਾਰੀ ਵੀ ਆ ਨਵਾਬ ਦੀ ਜੱਗਾ ਵੀ ਬੈਸਟ ਰਿਹਾ ਜੱਗਾ ਵੀ ਬੰਦੂ ਹੁਣ ਦਾ ਬੈਸਟ ਰਿਹਾ ਹੁਣ 450 ਹੈ ਇੰਨੀ ਗਰਮੀ ਚ ਲਾਈ ਵਾਲਾ ਬੈਠਾ ਹੋਈ ਬਹੁਤ ਆ ਆਹ ਬੱਲੇ ਗੁੱਲੀ ਬਹੁਤ ਸੋਹਣਾ ਮੈਚ ਉਧਰਲੇ ਪਾਸੇ ਮਹਿਲ ਖੁਰਦ ਵਾਲਾ ਨਵਾਬ ਆਇਆ ਨਵਾਬ ਆਇਆ ਸੁਦੇਸ਼ ਵੀਰੇ ਆਇਆ ਜੀ ਪੰਦਰਾਂ ਬਾਰਾਂ ਭਾਗੀ ਦਾ ਢਾਬਾ ਜੀ ਪੰਦਰਾਂ ਹੋ ਗਏ ਬੈਠਾ ਨਵਾਬ ਰਿਹਾ ਦੇਖੋ ਰੈਫਰੀ ਬੈਠਾ ਜੀ ਆਹ ਦੇਖੋ ਆਹ ਬੈਠਾ ਨਵਾਬ ਉਹ ਦੇਖੋ ਜੀ ਨਵਾਬ ਨੇ ਮੋਹਿਤ ਫੋਨ ਚੱਕੀ ਮਾੜਾ ਨੀਟੂ ਹੁੱਡਾ ਫੋਨ ਲਾਈ ਜਾਂਦਾ ਤੈਨੂੰ ਪੁਆਇੰਟ 19 ਦਾ ਵੀਰੇ 19 ਦਾ ਮੋਹਿਤ ਸੋਰੀ ਆਪਣਾ ਫੋਨ ਬੰਦ ਆ ਕਹਿੰਦਾ ਬਾਈ ਨੀਟੂ ਗੁਰਮੁਖ ਭੋਜੋ ਵਾਲੀ ਵਧੀਆ ਵਧੀਆ ਵੀਰੇ ਹਾਂਜੀ ਨੈਟ ਸਿਵਮ ਹੈ ਬਾਈ ਜੋ ਜੌਂਟੀ ਕਾ ਨੈਟਰ ਥਾ ਬਾਈ ਮਰਦੇੜੀ ਕਾ ਉਸਕੇ ਫਾਦਰ ਕੀ ਡੈਥ ਹੋ ਗਈ ਇਸ ਲਈ ਸਿਵਮ ਖੇਲਾ ਬਾਈ ਵਿੱਚ ਬਾਈ ਕਮੈਂਟ ਕਰ ਰਹੇ ਇੱਕ ਦੋ ਕਿ ਬਾਈ ਸਿਵਮ ਪਹਿਲੇ ਹਾਰ ਗਿਆ ਥਾ ਐਸੇ ਵੈਸੇ ਨਾ ਵੋ ਟੀਮ ਕੀ ਸਹਿਮਤੀ ਕੇ ਸਾਥ ਸਿਵਮ ਖੇਲਾ ਕਿਉਂਕਿ ਬਾਈ ਜਾਣਾ ਪੜ ਗਿਆ ਮਰਦੇੜੀ ਕੇ ਜੋ ਨੈਟ ਥਾ ਠੀਕ ਆ ਜੱਗੇ ਆ ਗਿਆ ਸਿੰਗਲ
ਆਓ ਬੱਲੇ ਵਾਹ ਤੇਰੇ ਜੰਟੀ ਨਹੀਂ ਹੋ ਰੀਸਾਂ ਦੇ ਕਮਾਲ ਹੀ ਕਰਤੀ ਹੈ ਤਾੜੀ ਵੀ ਬਿਨਾਂ ਕਹੇ ਤੋਂ ਵੱਜੀ ਆ ਵੀ ਤਾੜੀਆਂ ਜਦ ਵੀ ਵੱਜਦੀਆਂ ਨੇ ਜੰਟੀ ਬੜਾ ਫੱਟਾ ਜੀ ਲੋਕਾਂ ਦੇ ਮਨ ਲੱਗਿਆ ਦਾ ਇਹ ਦੁਨੀਆ ਪੂਜਦੀ ਚੋਰਿਆਂ ਨੂੰ ਵੀ ਕੋਈ ਨਾਮ ਨਹੀਂ ਲੈਂਦਾ ਭੱਜਿਆਂ ਦਾ ਪੰਜੇ ਸ਼ੇਰਾਂ ਵਾਂਗਰਾਂ ਲੜਦੇ ਨੇ ਅੱਜ ਚਮਕੂ ਕੌਣ ਸਿਤਾਰਾ ਅੱਡੀ ਚੋਟੀ ਦਾ ਜ਼ੋਰ ਵੀ ਲੱਗਣਾ ਆਓ ਦੁਨੀਆ ਖੜ ਕੇ ਦੇਖੂ ਕੁੱਲ ਨਜ਼ਾਰਾ ਕਮਾਲ ਕਰ ਦਿੱਤੀ ਆ ਵਾਹ ਤੇਰੇ ਸ਼ਿਵਮ ਨੰਬਰ ਮੁੰਡੇ ਨੇ ਕਿੰਨੇ ਹੋ ਗਏ ਸਤਾਰਵਾਂ ਜੋੜ ਦਿੱਤਾ ਗਰਮੀ ਪਤਾ ਕਿੰਨੀ ਭੁੱਲ ਜਾਈਦਾ ਯਾਰ ਨਵਾਬ ਬਾਕੀ ਐ ਸਾਡੇ ਨਾ ਸਿਰ ਤੇ ਬਾਲ ਬੂਲ ਕਰਕੇ ਪਸੀਨਾ ਆਇਆ ਤੈਨੂੰ ਥੋੜਾ ਫਰਕ ਹੈ ਗੰਜੇ ਕਾਲਖ ਦਾ ਚੇਲਾ ਆਇਆ ਨਵਾਬ ਆਇਆ ਬਿਲਕੁਲ ਆਇਆ ਬਾਈ ਸਚਿਨ ਰਾਣਾ ਨਹੀਂ ਥਾਇਆ ਬਾਈ ਸਚਿਨ ਰਾਣਾ ਨਹੀਂ ਆਇਆ ਬਾਰਾਂ ਸਤਾਰਾਂ ਚੇਂਜ ਆ ਜੀ ਬਾਰਾਂ ਸ਼ੇਰੂ ਸਤਾਰਾਂ ਫੋਨ ਹੀਟ ਹੋਣ ਲੱਗ ਗਿਆ ਬਾਈ ਜੇ ਮਾੜਾ ਮੋਟਾ ਅਣਕਲੀਅਰ ਹੋਇਆ ਤਾਂ ਐਡਜਸਟ ਕਰਿਓ ਵੀਰੇ ਫੋਨ ਥੋੜਾ ਹੀਟ ਹੋ ਰਿਹਾ ਜੀ ਧੁੱਪ ਦੀ ਵਜ੍ਹਾ ਨਾਲ ਫੋਨ ਥੋੜਾ ਜਿਹਾ ਹੀਟ ਹੁੰਦਾ ਹੋਣਾ ਵੀਰੇ ਬਫਰਿੰਗ ਹੁੰਦੀ ਹੋਣੀ ਆ ਲਾਈਵ 'ਚ ਕਰਿਓ ਐਡਜਸਟ ਜਿਵੇਂ ਚੱਲਦਾ ਲਾਈਵ ਵੀਰੇ ਭਰਾ ਬਣੇ ਨਵਾਬ ਕਿਹਨੂੰ ਹਰ ਗਿਆ ਨਵਾਬ ਯਾਰ ਕਿਹੜੀ ਟੀਮ ਆ ਭੁੱਲ ਜਾਂਦਾ ਬਾਈ ਯਾਰ ਭਵਾਨੀ ਨੂੰ ਹਰ ਗਿਆ ਨਵਾਬ ਭਵਾਨੀ ਨੂੰ ਬਾਈ ਜੱਸਾ ਵੀ ਹਰ ਗਿਆ ਵੀਰੇ ਜੱਸਾ ਕੁਆਟਰ ਹਰ ਗਿਆ ਸੀ ਯੂਪੀ ਨੂੰ ਵੀਰੇ ਸੇਰੂ ਨੂੰ ਹਾਂਜੀ ਹਾਂਜੀ ਅਨਸ ਚੌਧਰੀ ਗੁੱਜਰ ਕੀ ਵਾਲਾ ਅਨਸ ਬਾਈ ਸਕੋਰ ਲੱਗ ਗਿਆ ਉਧਰ 13 ਹੋ ਗਏ ਨਾ ਬਾਈ ਜੀ ਮਾਫੀ ਚਾਹੁੰਦੇ ਆ ਜੀ ਫੋਨ ਹੀਟ ਹੋ ਕੇ ਆਪਣੇ ਆਪ ਮਾਫੀ ਚਾਹੁੰਦੇ ਜ਼ਿਆਦਾ ਗਰਮੀ ਕਰਕੇ ਵੀਰੇ ਫੋਨ ਹੀਟ ਹੋ ਕੇ ਬੰਦ ਹੋ ਗਿਆ ਸੀ ਆਪਣੇ ਆਪ ਲਾਸਟ ਪੁਆਇੰਟ ਆ ਗਿਆ ਇਧਰੋਂ ਮਰਦੜੀ ਟੀਮ ਦਾ ਲਾਸਟ ਪੁਆਇੰਟ ਜੀ ਦੁਬਾਰਾ ਕੱਟ ਕੇ ਲਾਈਵ ਚਲਾਉਣਾ ਪਿਆ ਆਪਾਂ ਨੂੰ ਫੋਨ ਬੰਦ ਹੋ ਗਿਆ ਸੀ ਆਪਣੇ ਆਪ ਹੀਟ ਹੋ ਕੇ ਮਾਫੀ ਚਾਹੁੰਦੇ ਜੀ ਇੱਧਰ ਲਾਸਟ ਪੁਆਇੰਟ ਆ ਗਿਆ ਕਿਹਦਾ ਮਰਦੜੀ ਦਾ ਐਂ ਕਹਿ ਗਿਆ ਸੀ ਗਰਮੀ 'ਚ ਨਹੀਂ ਪਤਾ ਲੱਗਦਾ ਕੁਛ ਬਾਈ ਹੁਣ ਤਾਂ ਨਹਾ ਕੇ ਹੁਰ ਤਾਊ ਬਾਈ ਲਾਈਵ ਕੱਟ ਕੇ ਚਲਾਉਣਾ ਪੈ ਗਿਆ ਜੀ ਪਹਿਲਾਂ ਹੀਟ ਹੋਣ ਕਰਕੇ ਬੰਦ ਹੋ ਗਿਆ ਸੀ ਜੀ ਲਾਈਵ ਲਾਸਟ ਪੁਆਇੰਟ ਆ ਗਿਆ ਇੱਧਰੋਂ ਮਰਦੜੀ ਦੀ ਟੀਮ ਦਾ ਵੀਰੇ ਨਵਾਬ ਤਾਂ ਹਰ ਗਿਆ ਸੀ ਵੀਰੇ ਪਹਿਲਾ ਰਾਊਂਡ ਹਰ ਗਿਆ ਸੀ ਨਵਾਬ ਤਾਂ ਯੂਪੀ ਦੇ 13 ਨੇ ਕਿ 14 ਜੋਧੇ ਉੱਧਰ 13 ਕਿ 14 13 ਵੀਰੇ ਉੱਧਰ 13 ਯੂਪੀ ਰਦੌਰ ਦੀ ਟੀਮ ਦੇ 13 ਸਕੋਰ ਆ ਜੀ ਇੱਧਰ ਲਾਸਟ ਪੁਆਇੰਟ ਆ ਜੀ ਮਾਫੀ ਚਾਹੁੰਦੇ ਵੀਰੇ ਲਾਈਵ ਬੰਦ ਹੋ ਗਿਆ ਸੀ ਫੋਨ ਹੀਟ ਹੋਣ ਕਰਕੇ ਜੇ ਦੁਬਾਰਾ ਬੰਦ ਹੋ ਗਿਆ ਤਾਂ ਵੀ ਐਡਜਸਟ ਕਰਿਓ ਬਾਈ ਲਾਸਟ ਵਾਰ ਜਿਹੜਾ ਇਸ ਤੋਂ ਬਾਅਦ ਲਾਈਵ ਨਹੀਂ ਚਲਾਵਾਂ ਕਿਉਂਕਿ ਫੋਨ ਵੀ ਖਰਾਬ ਹੋ ਸਕਦਾ ਨਾ ਗਰਮੀ ਜ਼ਿਆਦਾ ਹੋਣ ਕਰਕੇ ਫੋਨ ਜਿਹੜਾ ਹੀਟ ਹੋ ਕੇ ਇੱਕ ਵਾਰ ਬੰਦ ਹੋ ਗਿਆ ਸੀ ਬਾਈ ਹੁਣ ਤਾਂ ਬਰਫ ਬੰਨਣ ਵਾਲਾ ਕੰਮ ਆ ਫੋਨ ਨਾਲ ਬਾਈ
ਜੇ ਦੁਬਾਰਾ ਬੰਦ ਹੋ ਗਿਆ ਤਾਂ ਲਾਈਵ ਨਹੀਂ ਚਲਾਵਾਂ, ਕਿਉਂਕਿ ਵਾਰ ਵਾਰ ਆਉਣ ਕਾਰਨ ਫੋਨ ਬਾਈ ਖਰਾਬ ਵੀ ਹੋ ਸਕਦਾ ਨਾ, ਅਤੇ ਇੱਕ ਵਾਰ ਆਪਾਂ ਤੁਹਾਡੀ ਕਦਰ ਕਰਦੇ ਹੋਏ ਆਪਾਂ ਲਾਈਵ ਚਲਾਇਆ ਦੁਬਾਰਾ, ਕਿਉਂਕਿ ਇੱਕ ਦੋ ਨੰਬਰ ਹੀ ਜਿਹੜੇ ਬਾਕੀ ਆ ਮੈਚ ਦੇ, ਅਜੇ ਹੋ ਸਕਦਾ ਇਹ ਯੂਪੀ ਵਾਪਸੀ ਕਰ ਜੇ, ਘੰਟਾ ਲੈ ਜਾਵੇ ਮੈਚ। ਇੱਕ ਵਾਰ ਦਾ ਲਾਸਟ ਪੁਆਇੰਟ ਆ ਜੀ, ਅਵਤਾਰ ਹਰ ਗਿਆ ਸੀ, ਨਵਾਬ ਹਰ ਗਿਆ ਸੀ, ਮਰਦੈੜੀ ਦੀ ਦਾ ਜੌਂਟੀ ਬਈਏਵਾਲ ਦਾ ਲਾਸਟ ਪੁਆਇੰਟ, ਰਾਮ ਸੋਹੀ ਮਹਿਲਾ ਚੌਂਕ ਵੈਲਕਮ ਜੀ ਬਾਈ ਕਰੋ ਵੀਰ ਸੰਦੀਪ ਤਹੂਈ ਕਹਿੰਦੀ ਤੇਰਾ ਦੇਣਾ ਕੀ ਹੈ ਤੇ ਉਹ ਉੱਪਰੋਂ ਤੁਸੀਂ ਠੀਕ ਹੈ ਠੀਕ ਹੈ ਰਾਮ ਸੋਹੀ ਮਹਿਲਾ ਵੀਰੇ ਲਾਸਟ ਨੰਬਰ ਹੈ ਤੈਨੂੰ ਭਰਨਾ ਪੈ ਜੂ ਬੈਂਕ ਮੈਨੇਜਰ ਸਾਹਿਬ ਜੇ ਕੁਛ ਹੋ ਗਿਆ ਫੋਨ ਨੂੰ ਭਰਨਾ ਪੈ ਜਾਣਾ ਫਿਰ ਐਂ ਦੇਖ ਲਓ ਲਓ ਜੀ ਲਾਸਟ ਪੁਆਇੰਟ ਵੀਰੇ ਸਕੋਰ ਇੱਧਰ ਲਾਸਟ ਆ ਵੀਰੇ ਦੂਜੇ ਪਾਸੇ 13 ਸਕੋਰ ਆ ਜੀ ਓਕੇ ਓਕੇ ਜੀ ਨਸ ਗੁੱਜਰ ਜੀ ਜੇ ਫੋਨ ਬੰਦ ਹੋ ਗਿਆ ਆਪਣੇ ਆਪ ਸਮਝ ਲਓ ਵੀ ਹੀਟ ਹੋ ਗਿਆ ਬੰਦ ਹੋ ਗਿਆ ਇੱਕ ਵਾਰ ਤਾਂ ਹੋ ਚੁੱਕਿਆ ਵੀਰੇ ਦੁਬਾਰਾ ਨਹੀਂ ਚਲਾਵਾਂਗੇ ਲਾਈਵ ਜੀ ਜੇ ਹੁਣ ਬੰਦ ਹੋ ਗਿਆ ਤਾਂ ਲਓ ਜੀ ਵੀਰੇ ਮਰਦੈੜੀ ਫਸਟ ਪਹਿਲੇ ਨੰਬਰ ਦੀ ਜੇ ਸੈਕੰਡ ਯੂਪੀ ਵੀਰੇ ਬੈਸਟ ਦੱਸਾਂਗੇ ਜੀ ਬੈਸਟਾਂ ਨੂੰ ਚਾਂਦੀ ਦੇ ਜਿਹੜਾ ਬਣੇ ਰਹੋ ਬਾਈ ਵੀਰੇ ਯੂਪੀ ਸ਼ਾਸਤਰੀ ਬਹੁਤ ਬਹੁਤ ਮੁਬਾਰਕਾਂ ਵੀਰੇ ਆ ਕੇ ਪ੍ਰਾਈਜ਼ ਲੈ ਜੋ ਸਟੇਜ ਤੇ ਆ ਕੇ ਮੇਰਾ ਵੀਰ ਸਿੰਧੀ ਆਓ ਮੇਰਾ ਬਾਈ ਬਣ ਕੇ ਅਮਰੀਕ ਆ ਖੋਲੀ ਯਾਰ ਬੈਸਟ ਦੱਸਾਂਗੇ ਬੈਸਟਾਂ ਨੂੰ ਚਾਂਦੀ ਦੇ ਜਿਹੜਾ ਅਵਤਾਰ ਨਵਾਬ ਹਰ ਗਿਆ ਸੀ ਪਹਿਲਾ ਰਾਊਂਡ ਬਾਈ ਜੌਂਟੀ ਬਹੁਤ ਤਕੜਾ ਖੇਡਿਆ ਸਹੀ ਆ ਗੱਲ ਯੂਪੀ ਕੈਪਟਨ ਜੀ ਬੈਸਟ ਦੱਸਦਿਆਂ ਵੀਰੇ ਦੱਸਦਿਆਂ ਵੇਟ ਬੈਸਟਾਂ ਨੂੰ ਚਾਂਦੀ ਦੀਆਂ ਚੈਨਾਂ ਜੀ ਸਤਿ ਸ਼੍ਰੀ ਅਕਾਲ ਜੀ ਗਗਨ ਓਮਬਰ ਜੀ ਗਰਮੀ